ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ ਅੰਧ ਕੂਪ ਮਹਾ ਭਿਆਨ ਨਾਨਕ ਪਾਰੇ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹ ਸੋਹਿਲੇ ਕਰ ਕਿਰਪਾ ਪ੍ਰਭ ਮੇਲੇ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹ ਸੋਹਿਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵਹੁ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਨਾ ਰੇ ਨਾਰਾ ਪਤਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ
ਸਦ ਜੀਵ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੁਲ ਨਾ ਜੋ ਨੀ ਪਾਈਐ ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤਿਨ ਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤਿਨ ਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਦੇ ਅੰਦਰ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਦਸਵੇਂ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਮਹਾਨ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ ਹਰ ਜਾ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ, ਇਹ ਮਹਾਰਾਜ ਸਾਹਿਬ ਨੇ ਸਾਡੇ 'ਤੇ ਤਰਸ ਕੀਤਾ ਹੈ, ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਜੋ ਸੱਜਣ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸੰਗਤ ਸਾਨੂੰ ਮਿਲੀ ਹੈ, ਜੋ ਕਲਗੀਧਰ ਪਾਤਸ਼ਾਹ ਦੇ ਦਰਬਾਰਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ, ਇਹ ਮਹਾਰਾਜ ਨੇ ਸਾਡੇ 'ਤੇ ਤਰਸ ਕੀਤਾ ਹੈ। ਇਹ ਤਰਸ ਕਰਕੇ ਮਹਾਰਾਜ ਨੇ ਸਾਡੇ 'ਤੇ ਰਹਿਮਤ ਕਰਕੇ ਆਪਣੇ ਚਰਨਾਂ ਦੇ ਵਿੱਚ ਬਿਠਾਇਆ ਹੈ, ਕਿਉਂਕਿ ਮਤਾ ਮਨ ਵਿੱਚ ਸਾਡੇ ਖਿਆਲ ਆਵੇ ਵੀ ਅਸੀਂ ਸਤ ਸੰਗਤ ਵਿੱਚ ਆਪੋਂ ਚੱਲ ਕੇ ਆਏ ਹਾਂ, ਵੀ ਮੈਂ ਆਏ ਹਾਂ। ਕਹਿੰਦੇ ਨਹੀਂ, ਮਹਾਰਾਜ ਲੈ ਕੇ ਆਏ ਨੇ ਭਾਈ। ਇਸ ਕਰਕੇ ਇਹੋ ਜਿਹੀ ਭਾਵਨਾ ਹੋਣੀ ਚਾਹੀਦੀ ਵੀ ਸਤਿਗੁਰੂ ਲੈ ਕੇ ਆਏ ਹਨ। ਜੇ ਮਹਾਰਾਜ ਨਾ ਕਿਰਪਾ ਕਰਨ ਅਸੀਂ ਸੰਗਤ ਵਿੱਚ ਨਹੀਂ ਆ ਸਕਦੇ।
ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੀ ਇਹ ਸਤ ਸੰਗਤ ਪ੍ਰਾਪਤ ਹੁੰਦੀ ਹੈ। ਫਿਰ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦੀ ਮਹਾਨਤਾ ਕਹੀ ਹੈ, ਧੰਨ ਧੰਨ ਸਤਿਗੁਰੂ ਸਾਹਿਬ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਕੋਲੋਂ ਸਿੱਖਾਂ ਨੇ ਸਾਧ ਸੰਗਤ ਬੇਨਤੀ ਕੀਤੀ ਸੀ, ਪਾਤਸ਼ਾਹ ਆਪ ਕਿਰਪਾ ਕਰੋ, ਕਿਰਪਾ ਕਰਕੇ ਦੱਸੋ ਵੀ ਵੱਡੇ ਤੜਕੇ ਅੰਮ੍ਰਿਤ ਵੇਲੇ ਕਿਸ ਦਾ ਨਾਮ ਲੈਣਾ ਚਾਹੀਦਾ ਹੈ। ਤਾਂ ਉਸ ਵੇਲੇ ਮਹਾਰਾਜ ਜੀ ਨੇ ਕਿਹਾ ਸੀ, ਭਾਈ ਵੱਡੜਾ, ਇਹ ਸਵਾਲ ਹੈ ਪਹਿਲਾਂ ਗੁਰਸਿੱਖਾਂ ਵੱਲੋਂ, ਵੱਡੜਾ ਝਾਲ ਝਲੁੰਬਲ ਹੈ। ਵੱਡੜਾ ਕਹਿੰਦੇ ਨੇ ਵੱਡਾ, ਅਤੇ ਝਾਲ ਕੀ ਹੈ? ਝਾਲ ਝਲਾ ਕੇ ਅੰਮ੍ਰਿਤ ਵੇਲੇ ਤੜਕੇ ਦਾ ਨਾਮ, ਅਤੇ ਝਲੁੰਬਲ ਹੈ ਉਹ ਤੜਕੇ ਤੋਂ ਵੀ ਤੜਕਾ, ਭਾਵ ਕਿ ਵੱਡੀ ਰਾਤ ਪਹਿਰ ਸਵਾ ਪਹਿਰ ਰਾਤ ਰਹਿੰਦੀ ਤੋਂ ਵੀ ਪਹਿਲਾਂ ਦਾ ਜਿਹੜਾ ਸਮਾਂ ਹੈ ਉਸ ਸਮੇਂ ਉੱਠ ਕਰਕੇ ਹੇ ਮਹਾਰਾਜ ਨਾਵੜਾ ਲਈਏ, ਕਿਸ ਕਿਹਦਾ ਨਾਮ ਜਪਣਾ ਚਾਹੀਦਾ ਹੈ, ਕਿਹੜੇ ਨਾਮ ਦਾ ਅਭਿਆਸ ਕਰਨਾ ਚਾਹੀਦਾ ਏ। ਤਾਂ ਸਤਿਗੁਰਾਂ ਨੇ ਕਿਹਾ ਸੀ, ਹੇ ਗੁਰਸਿੱਖੋ ਨਾਉ ਲਈਏ ਪਰਮੇਸ਼ਰ ਹੈ, ਜੋ ਪਰਮ ਈਸ਼ਰ ਸਾਰਿਆਂ ਦਾ ਮਾਲਕ ਹੈ, ਜੋ ਮਾਇਆ ਸਬਲ ਹੋ ਕੇ ਜਗਤ ਦੀ ਰਚਨਾ ਕਰਨ ਵਾਲਾ ਹੈ, ਵੱਡੇ ਤੜਕੇ ਉੱਠ ਕਰਕੇ ਨਾਉ ਲਈਏ ਪਰਮੇਸ਼ਰ ਹੈ, ਉਸ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਲੈਣਾ ਚਾਹੀਦਾ, ਜਪਣਾ ਚਾਹੀਦਾ। ਮਹਾਰਾਜ ਕਿਹੜੇ ਦਾ? ਭੰਨਣ ਘੜਨ ਸਮਰੱਥ, ਜਿਹੜਾ ਜਗਤ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਭੰਨਣ, ਭੰਨਣ ਨਾ ਮੈਂ ਸਾਧ ਸੰਗਤ ਨਾਸ ਕਰਨਾ, ਤੋੜਨਾ, ਭਾਵ ਪਰਲੋ ਕਰਕੇ ਜਗਤ ਦਾ ਮਲੀਆ ਮੇਟ ਕਰਨ ਦੀ ਵੀ ਤਾਕਤ ਜੋ ਰੱਖਦਾ ਇੱਕ ਸ਼ਿਨ ਦੇ ਅੰਦਰ, ਅਤੇ ਜਿਹੜਾ ਘੜਨ, ਘੜਨਾ ਬਣਾਉਣਾ, ਇਹ ਜਗਤ ਨੂੰ ਬਣਾਉਣ, ਇਸ ਜਗਤ ਦੀ ਉਤਪਤੀ ਕਰਨ ਦੀ ਵੀ ਸਮਰੱਥਾ ਰੱਖਦਾ ਹੈ। ਜਿਸ ਮਾਲਕ ਦੇ ਪਾਸ ਇੰਨੀ ਸ਼ਕਤੀ ਹੈ ਵੀ ਹਰਨ ਭਰਨ ਜਾ ਕਾ ਨੇਤਰ ਫੋਰ, ਨੇਤਰ ਦੇ ਫੋਰ ਅੱਖ ਦੇ ਝਮਕਣ ਜਿੰਨੇ ਸਮੇਂ ਦੇ ਵਿੱਚ ਹੀ ਉਹ ਹਰਨ ਕਰ ਦਿੰਦਾ ਹੈ ਅਤੇ ਭਰਨ ਵੀ ਕਰ ਦਿੰਦਾ, ਹਰਨ ਨਾਸ਼ ਕਰ ਦਿੰਦਾ ਅਤੇ ਭਰਨ ਭਰ ਦਿੰਦਾ ਹੈ, ਭਾਵ ਉਹ ਸਾਰੇ ਗੜੇ ਫੇਰ ਮੇਟੇ ਬਣਾਏ, ਇੱਕ ਛਿਨ ਦਾ ਸਮਾਂ ਲੱਗਦਾ ਉਸ ਮਾਲਕ ਨੂੰ, ਉਸ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਇਹ ਸਾਹਿਬ ਸਤਿਗੁਰਾਂ ਵੱਲੋਂ ਸਾਨੂੰ ਇਹ ਪ੍ਰੇਰਣਾ ਹੀ ਇਹ ਹੈ ਵੀ ਭਾਈ ਵੀ ਪਰਮੇਸ਼ੁਰ ਅਕਾਲ ਪੁਰਖ ਨੂੰ ਯਾਦ ਕਰੋ। ਆਪ ਸਭ ਸੰਗਤਾਂ ਮਹਾਰਾਜ ਦੇ ਹਜ਼ੂਰ ਹਾਜ਼ਰ ਹੋਏ ਹੋ, ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਮਹਾਰਾਜ ਦੇ ਕੀਰਤਨੀਆਂ ਪਾਸੋਂ ਸਰਵਣ ਕੀਤੇ ਨੇ, ਜੋ ਅੰਮ੍ਰਿਤ ਵੇਲੇ ਮੁੱਖ ਵਾਕ ਬਖਸ਼ੇ ਨੇ ਸਤਿਗੁਰਾਂ ਨੇ, ਸੋਰਠ ਮਹੱਲਾ ਪੰਜਵਾਂ, ਸੋਰਠ ਰਾਗਣੀ ਦੇ ਵਿੱਚ 623 ਅੰਗ 'ਤੇ ਇਹ ਪਾਵਨ ਸ਼ਬਦ ਸੁਭਾਏਮਾਨ ਹੈ। ਸਾਧ ਸੰਗਤ ਤੋਂ ਜੋ ਸੋਰਠ ਰਾਗਣੀ ਹੈ ਅਤੇ ਪੰਜਵੇਂ ਪਾਤਸ਼ਾਹ ਨੇ ਇਹਨੂੰ ਰਾਗ ਦਾ ਦਰਜਾ ਦਿੱਤਾ, ਅਤੇ ਪੰਜਵੇਂ ਸਤਿਗੁਰਾਂ ਦੇ ਹਜ਼ੂਰ ਹੁਣ ਸੋਰਠ ਰਾਗਣੀ ਜੋ ਹੈ, ਰਾਗਾਂ ਦਾ ਗਾਉਣ ਦਾ ਮਹੱਤਵ ਕੀ ਹੈ, ਇਹ ਰਾਗਾਂ ਦੇ ਵਿੱਚ ਬਾਣੀ ਦਰਜ ਕਰਨ ਦੀ ਮਹਾਨਤਾ ਕੀ ਹੈ, ਵੀ ਇੱਕ ਵਾਰ ਸ਼੍ਰੀ ਅੰਮ੍ਰਿਤਸਰ ਸਾਹਿਬ
ਮੰਜੀ ਸਾਹਿਬ ਵਾਲੇ ਅਸਥਾਨ 'ਤੇ ਦੀਵਾਨ ਸੱਜਿਆ ਹੋਇਆ ਸੀ। ਉੱਥੇ ਜੋ ਰਾਗਾਂ ਦੇ ਮਾਹਰ ਸਨ ਉਹਨਾਂ ਨੇ ਸੋਰਠ ਰਾਗਣੀ ਗਾਈ। ਗੁਰਸਿੱਖ ਵਾਹ ਵਾਹ ਕਰ ਉੱਠੇ। ਸਤਿਗੁਰਾਂ ਨੂੰ ਕਹਿਣ ਲੱਗੇ, ਪਾਤਸ਼ਾਹ ਇਹ ਕਿਆ ਸੁੰਦਰ ਰਾਗਣੀ ਇਹਨਾਂ ਰਾਗੀਆਂ ਨੇ ਗਾਈ ਹੈ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸੋਰਠ ਰਾਗ ਜਿਹੜਾ ਹੈ ਇਹ ਗਾਇਆ ਹੋਇਆ ਤਾਂ ਹੀ ਸਫਲਾ ਹੈ ਜੇ ਇਸ ਰਾਗ ਦੇ ਦੁਆਰਾ ਅਸੀਂ ਆਤਮਕ ਆਨੰਦ ਮਾਣਦੇ ਹਾਂ। ਨਹੀਂ ਤਾਂ ਇਕੱਲਾ ਰਾਗਾਂ ਦਾ ਅਲਾਪਣ ਕਰਨਾ, ਇਕੱਲਾ ਨਾਦ ਵਾਜਿਆਂ ਦਾ ਵਜਾਉਣਾ ਇਹ ਕਿਸੇ ਕੰਮ ਨਹੀਂ ਹੈ। ਉਸ ਵੇਲੇ ਸਤਿਗੁਰਾਂ ਕਿਹਾ ਸੀ ਵੀ ਸੋਰਠ ਤਾਂ ਗਾਓ ਵੀ ਸੋਰਠ ਸੋ ਰਸ ਪੀਜੀ ਹੈ। ਸੋਰਠ ਰਾਗਣੀ ਗਾਉਣੀ ਹੈ ਨਾ ਭਾਈ ਜੇ, ਤਾਂ ਰਾਗਣੀ ਗਾਓ। ਸੋਰਠ ਰਾਗ ਨੂੰ ਗਾਉਂਦਿਆਂ ਹੋਇਆਂ ਸੋ ਜੋ ਉਹ ਪਰਮੇਸ਼ਰ ਹੈ ਉਹਦੇ ਪ੍ਰੇਮ ਦੇ ਨਾਮ ਦੇ ਰਸ ਨੂੰ ਇਸ ਰਾਗਣੀ ਦੁਆਰਾ ਜੇ ਪੀਜੀ ਹੈ ਪੀਣਾ ਕਰੀਏ। ਕਿਉਂਕਿ ਰਾਗ ਤਾਂ ਮਹਾਰਾਜ ਤੋਂ ਪਹਿਲਾਂ ਵੀ ਹੈਗੇ ਸਨ ਸਤਿਗੁਰਾਂ ਦੇ ਆਉਣ ਤੋਂ, ਪਰ ਮਹਾਰਾਜ ਜੀ ਨੇ ਰਾਗਾਂ ਦੇ ਵਿੱਚ ਵਾਹਿਗੁਰੂ ਦੀ ਸਿਫਤ ਕਰਕੇ ਅਤੇ ਰਾਗਾਂ ਦੀ ਵੀ ਮਹਾਨਤਾ ਵਧਾ ਦਿੱਤੀ ਵੀ ਰਾਗ ਜਿਹੜੇ ਨੇ ਉਹ ਸਫਲੇ ਨੇ ਵਾਹਿਗੁਰੂ ਦੇ ਜਸ ਕਰਕੇ। ਹੁਕਮ ਹੋਇਆ ਸੋਰਠ ਸੋ ਰਸ ਪੀਜੀ ਹੈ ਕਬਹੂ ਨਾ ਫੀਕਾ ਹੋਏ। ਜਿਹੜਾ ਵਾਹਿਗੁਰੂ ਦਾ ਨਾਮ ਰਸ ਹੈ, ਨਾਮ ਜਪ ਕੇ ਜਿਹੜਾ ਆਤਮਕ ਰਸ ਮਾਨਣਾ, ਆਤਮਕ ਰਸ ਸਾਧ ਸੰਗਤ ਕੀ ਹੈ, ਜਿਹੜਾ ਆਪਣੇ ਅੰਦਰ ਸਵੈ ਸਰੂਪ ਦਾ ਅਨੁਭਵ ਕਰਨਾ ਹੈ ਅਤੇ ਫਿਰ ਇਹ ਜਾਣਨਾ ਵੀ ਜੋ ਆਤਮਾ ਰੂਪ ਹੋ ਕੇ ਵਾਹਿਗੁਰੂ ਮੇਰੇ ਵਿੱਚ ਹੈ ਉਹੀ ਆਤਮਾ ਰੂਪ ਪਰਮਾਤਮਾ ਸਾਰਿਆਂ ਦੇ ਅੰਦਰ ਵੱਸ ਰਿਹਾ ਹੈ, ਉਹ ਘੜ ਘੜ ਦੇ ਵਿੱਚ ਹਰੀ ਪਰਮੇਸ਼ਰ ਦਾ ਨਿਵਾਸ ਹੈ। ਇੱਦਾਂ ਜੋ ਅਨੁਭਵ ਕਰ ਲੈਣਾ ਫਿਰ ਖੁਸ਼ੀ ਮਿਲਦੀ ਹੈ ਨਾ, ਜੋ ਖੁਸ਼ੀ ਰਸ ਆਨੰਦ ਉਹ ਆਨੰਦ ਹੀ ਸਭ ਤੋਂ ਉੱਤਮ ਹੈ। ਅਤੇ ਸੋਠ ਰਾਗਣੀ ਦੁਆਰਾ ਮਹਾਰਾਜ ਕਹਿੰਦੇ ਵੀ ਉਹ ਵਾਹਿਗੁਰੂ ਦੇ ਪ੍ਰੇਮ ਨਾਮ ਆਤਮਕ ਰਸ ਨੂੰ ਪੀਣਾ ਕਰੀਏ। ਜਿਹੜਾ ਇੱਕ ਵਾਰ ਰਸ ਚੜ੍ਹ ਜਾਵੇ ਫਿਰ ਕਦੇ ਫਿੱਕਾ ਨਹੀਂ ਹੁੰਦਾ। ਵੇਖ ਲਓ ਭਾਈ ਮਤੀ ਦਾਸ, ਸਤੀ ਦਾਸ, ਗੁਰਸਿੱਖ ਪਿਆਰੇ, ਭਾਵੇਂ ਕਿਸੇ ਨੂੰ ਸਾਧ ਸੰਗਤ ਦੇਗੇ ਜੋ ਵਾਲਿਆ ਗਿਆ, ਭਾਵੇਂ ਕਿਸੇ ਦੇ ਬੰਦ ਬੰਦ ਕੱਟ ਦਿੱਤੇ ਗਏ, ਭਾਵੇਂ ਕਿਸੇ ਨੂੰ ਰੂੰ ਦੇ ਨਾਲ ਲਪੇਟ ਕਰਕੇ ਜਿਉਂਦਿਆਂ ਸਾੜ ਦਿੱਤਾ ਗਿਆ, ਖੋਪਰ ਉਤਾਰ ਦਿੱਤੇ, ਪਰ ਸਤਿਗੁਰੂ ਮਹਾਰਾਜ ਕਹਿੰਦੇ ਉਹ ਜਿਹੜਾ ਰਸ ਐਸਾ ਹੈ ਆਤਮਾ ਨੂੰ ਚੜ੍ਹਿਆ ਹੋਇਆ ਉਹ ਰਸ ਫਿੱਕਾ ਨਹੀਂ ਪੈਂਦਾ। ਫਿੱਕਾ ਕੀ ਪੈਣਾ ਹੁੰਦਾ, ਜਿਵੇਂ ਆਪਾਂ ਦੁਨੀਆਂ 'ਚ ਕਈ ਤਰ੍ਹਾਂ ਦੇ ਪਦਾਰਥ ਖਾਂਦੇ ਹਾਂ, ਇੱਕੋ ਸ਼ੈ ਰੋਜ਼ ਖਾਈ ਜਾਈਏ, ਇੱਕੋ ਵਸਤੂ ਤਾਂ ਖਾਂਦਿਆਂ ਖਾਂਦਿਆਂ ਉਹਦਾ ਸਵਾਦ ਜਿਹੜਾ ਖਤਮ ਹੋ ਜਾਂਦਾ ਹੈ। ਪਰ ਜਿਹੜਾ ਨਾਮ ਦਾ ਵਾਹਿਗੁਰੂ ਦੀ ਆਤਮਾ ਨੂੰ ਪ੍ਰੇਮ ਦੁਆਰਾ ਅਨੁਭਵ ਕਰਨ ਦਾ ਰਸ ਹੈ ਨਾ, ਇਹ ਖਤਮ ਨਹੀਂ ਹੁੰਦਾ, ਇਹ ਰਸ ਚੜ੍ਹਿਆ ਰਹਿੰਦਾ ਹੈ, ਸਦਾ ਆਨੰਦ ਰਹੇ ਦਿਨ ਰਾਤੀ। ਰਾਤ ਦਿਨ ਉਹ ਗੁਰਮੁਖ ਆਨੰਦ ਦੇ ਵਿੱਚ ਰਹਿੰਦੇ ਹਨ ਜਿਹੜੇ ਸਾਧ ਸੰਗਤ ਆਤਮਕ ਰਸ ਮਾਣਦੇ ਨੇ। ਇਸ ਕਰਕੇ ਸੋਰਠ ਰਾਗਣੀ ਦੁਆਰਾ ਇਹ ਉਪਦੇਸ਼ ਹੈ, ਭਾਈ ਉਹ ਰਸ ਪੀਵੋ ਜਦਾ ਜਿਹੜਾ ਕਦੇ ਫਿੱਕਾ ਨਹੀਂ ਹੁੰਦਾ। ਨਾਨਕ ਰਾਮ ਨਾਮ ਗੁਣ ਗਾਈ ਹੈ, ਗੁਰੂ ਮਹਾਰਾਜ ਸਾਹਿਬ ਕਹਿੰਦੇ ਵੀ ਰਾਮ ਜੋ ਰਮਿਆ ਹੋਇਆ ਪਰਮੇਸ਼ਰ ਹੈ, ਬਾਣੀ ਕਰਕੇ ਵੀ ਉਹਦੇ ਨਾਮ ਨੂੰ ਜਪਣਾ ਕਰੀਏ। ਜਿਹੜਾ ਆਪਾਂ ਬੋਲਦੇ ਹਾਂ ਨਾ, ਇਹ ਬਾਣੀ ਕਰਕੇ ਉਹਦਾ ਨਾਮ ਜਪੀਏ।
ਅਤੇ ਫਿਰ ਗੁਣ ਗਾਈਏ, ਕੀਰਤਨ ਵਿੱਚ ਪਾ ਕੇ ਵੀ ਉਸ ਮਾਲਕ ਦੇ ਗੁਣ ਗਾਉਂਦੇ ਰਹੀਏ। ਇਹ ਸਾਰਿਆਂ ਦਾ ਲਾਭ ਕੀ ਹੋਵੇਗਾ? ਦਰਗਾਹ ਨਿਰਮਲ ਸੋਏ, ਵਾਹਿਗੁਰੂ ਦੀ ਜੋ ਨਿਆਇ ਸਭਾ ਦਰਗਾਹ ਹੈ ਉਹਦੇ ਵਿੱਚ ਨਿਰਮਲ ਉੱਜਲ ਬੇਦਾਗ ਸੋਏ ਸੋਭਾ ਹੋਵੇਗੀ। ਸਾਰੇ ਆਖਣਗੇ ਮਹਾਰਾਜ ਇਹ ਧਨ ਹੈ, ਧਨ ਹੈ, ਇਹਨੇ ਆਪਣਾ ਜਨਮ ਸੰਸਾਰ ਦੇ ਵਿੱਚ ਆ ਕੇ ਸਵਾਰਿਆ, ਇਹਨੇ ਨਾਮ ਦਾ ਰਸ ਮਾਣਿਆ ਹੈ। ਇਸ ਕਰਕੇ ਰਾਗਾਂ ਦੀ ਮਹਾਨਤਾ ਵੀ ਤਾਂ ਹੀ ਹੈ ਜੇ ਰਾਗ ਦੇ ਰਾਹੀਂ ਪਰਮੇਸ਼ਰ ਦਾ ਜਸ ਕਰਕੇ ਆਨੰਦ ਮਾਣੀਏ, ਨਹੀਂ ਤਾਂ ਬਾਣੀ ਤੋਂ ਨਾਮ ਤੋਂ ਬਗੈਰ ਭਾਵੇਂ ਕੋਈ ਜਿੰਨਾ ਮਰਜ਼ੀ ਰਾਗ ਗਾਈ ਜਾਵੇ ਉਹਨਾਂ ਰਾਗਾਂ ਦਾ ਵੀ ਕੋਈ ਲਾਭ ਨਹੀਂ ਹੈ। ਸਤਿਗੁਰਾਂ ਦ੍ਰਿੜ ਕਰਾਇਆ ਦੇ ਪਾਤਸ਼ਾਹ ਇੱਥੇ ਉਹ ਸੋਠ ਰਾਗ ਦੇ ਵਿੱਚ ਬਾਣੀ ਉਚਾਰਦੇ ਨੇ। ਸੋਰਠ ਮਹੱਲਾ ਪੰਜਵਾਂ, ਮਹੱਲਾ ਜੋ ਹੈ ਇਹ ਅਰਬੀ ਦੇ ਵਿੱਚ ਪਾਤਸ਼ਾਹ ਨੂੰ ਕਹਿੰਦੇ ਨੇ, ਸੰਸਕ੍ਰਿਤ ਦੇ ਵਿੱਚ ਮਹੱਲਾ ਸਰੂਪ ਨੂੰ ਕਹਿੰਦੇ ਹਨ। ਅਤੇ ਪੰਜਵਾਂ ਤੋਂ ਭਾਵ ਹੈ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਥ, ਜਿਨ੍ਹਾਂ ਨੂੰ ਵਰ ਮਿਲਿਆ ਹੈ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਕੋਲੋਂ। ਜਦ ਗੋਂਦਵਾਲ ਸਾਹਿਬ ਸਾਧ ਸੰਗਤ ਬਾਲ ਅਵਸਥਾ ਦੇ ਵਿੱਚ ਗੁਰਦੁਆਰਾ ਸ੍ਰੀ ਚਬਾਰਾ ਸਾਹਿਬ ਹੈ ਉਸ ਥਾਂ 'ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਖੇਡ ਰਹੇ ਸਨ ਅਤੇ ਮੰਜੇ ਦਾ ਆਸਰਾ ਲੈ ਕਰਕੇ ਅਤੇ ਤੁਰਦੇ ਵੀ ਸਨ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਪਲੰਘੇ 'ਤੇ ਜਿੱਥੇ ਸਤਿਗੁਰੂ ਬੈਠੇ ਬਿਰਾਜਮਾਨ ਹੋਏ, ਪਾਵੇ ਨੂੰ ਪਕੜ ਕੇ ਖੜ ਗਏ ਅਤੇ ਹਿਲਾਉਣ ਲੱਗ ਪਏ। ਉਸ ਵੇਲੇ ਮਾਤਾ ਬੀਬੀ ਭਾਨੀ ਜੀ ਆਏ ਉਠਾਉਣ ਵਾਸਤੇ ਵੀ ਸਤਿਗੁਰੂ ਮਹਾਰਾਜ ਦੇ ਕਦੇ ਪਲੰਘੇ 'ਤੇ ਨਾ ਚੜ੍ਹੇ, ਬਸਤਰ ਮੈਲੇ ਹਨ ਲਾਲ ਦੇ। ਜਦੋਂ ਆਏ ਤਾਂ ਸਤਿਗੁਰਾਂ ਨੇ ਕਿਹਾ ਵੀ ਰਹਿਣ ਦੋ ਇਹਨਾਂ ਨੂੰ, ਉਮਰ ਛੋਟੀ ਸੀ, ਕਦ ਲੰਮਾ ਸੀ ਮਹਾਰਾਜ ਪੰਜਵੇਂ ਪਾਤਸ਼ਾਹ ਦਾ। ਗੁਰੂ ਅਮਰਦਾਸ ਸਾਹਿਬ ਜੀ ਬਹੁਤ ਖੁਸ਼ ਹੋਏ। ਫਿਰ ਸਹਿਜੇ ਜੇ ਉੱਪਰ ਸਾਧ ਸੰਗਤ ਮੰਜੇ 'ਤੇ ਚੜ੍ਹਨ ਲੱਗੇ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਸੁਭਾਵਕ ਕਿਹਾ, ਠਹਿਰ ਜਾਓ, ਹਾਲਾਂ ਸਮਾਂ ਹੈ ਪਲੰਘੇ 'ਤੇ ਬਿਰਾਜਮਾਨ ਹੋਣ ਦਾ, ਅਤੇ ਆਪਣੇ ਹੱਥਾਂ ਦੇ ਨਾਲ ਲੈ ਕੇ ਸਰੀਰ ਦਾ ਵਜਨ ਤੋਲਿਆ। ਸਰੀਰ ਜਿਹੜਾ ਚੰਗਾ ਬਲੀ ਸੀ ਛੋਟੀ ਅਵਸਥਾ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਦਾ, ਅਤੇ ਜਦੋਂ ਸਰੀਰ ਦੇ ਮਾਪ ਦਾ ਤੋਲ ਦਾ ਅੰਦਾਜ਼ਾ ਲਾਇਆ, ਮਹਾਰਾਜ ਬੜੇ ਖੁਸ਼ ਹੋਏ। ਕਹਿਣ ਲੱਗੇ ਵੀ ਜਿਵੇਂ ਇਹ ਭਾਰੀ ਸਰੀਰ ਹੈ ਇਵੇਂ ਬਹੁਤ ਭਾਰੀ ਸੂਰਬੀਰ ਗੁਰੂ ਹੋਣਗੇ। ਅਤੇ ਨਾਲ ਕਿਹਾ ਵੀ ਇਹ ਜੋ ਸਾਡਾ ਦੋਹਿਤਾ ਹੈ ਇਹ ਬਾਣੀ ਕਾ ਬੋਹਿਥਾ, ਬਾਣੀ ਦਾ ਜਹਾਜ਼ ਰਚੇਗਾ, ਪਹਿਲੇ ਸਤਿਗੁਰਾਂ ਦੀ ਗੁਰਬਾਣੀ ਨੂੰ ਇਕੱਤਰ ਕਰੇਗਾ। ਇਹ ਵਾਰ ਗੋਂਦਵਾਲ ਸਾਹਿਬ ਪਹਿਲਾਂ ਹੀ ਪੰਜਵੇਂ ਪਾਤਸ਼ਾਹ ਨੂੰ ਪ੍ਰਾਪਤ ਹੋਇਆ ਸੀ। ਉਹ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੇ ਬਾਰੇ ਭੱਟ ਸਾਹਿਬਾਨਾਂ ਨੇ ਮਹਿਮਾ ਕਰਦਿਆਂ ਹੋਇਆਂ ਲਿਖਿਆ ਹੈ, ਮਹਾਰਾਜ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਵੀ ਹੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਸੀਂ ਜਨਮਤ ਜਨਮ ਤੋਂ ਹੀ ਤੁਹਾਨੂੰ ਗੁਰਮਤ ਗੁਰੂ ਦੀ ਮਤ ਮਿਲੀ ਹੈ, ਕਿਉਂਕਿ ਗੁਰੂ ਘਰ ਵਿੱਚ ਆਪ ਜੀ ਦਾ ਅਵਤਰਨ ਹੋਇਆ। ਗੁਰੂ ਅਮਰਦਾਸ ਸਾਹਿਬ ਨਾਨਾ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਕੋਲੋਂ ਸਿੱਖ ਮਤ ਮਿਲੀ ਹੈ, ਜਿਸ ਸਦਕਾ ਤੁਸੀਂ ਛੋਟੀ ਅਵਸਥਾ ਦੇ ਵਿੱਚ ਹੀ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਜੋ ਬ੍ਰਹਮ ਵਿਆਪਕ ਪਰਮੇਸ਼ਰ ਹੈ ਉਸ ਨੂੰ ਪਛਾਣ ਲਿਆ, ਉਹਦੇ ਜਾਣੂ ਹੋ ਗਏ ਹੋ, ਮਾਲਕ ਨੂੰ ਤੁਸੀਂ ਵੇਖ ਲਿਆ ਹੈ ਜਨਮ ਤੋਂ ਹੀ,
ਵੇਖੋ ਮਹਾਰਾਜ ਸਾਹਿਬ ਜੀ, ਉਹ ਆਪ ਜੀ ਨੇ ਛੋਟੀ ਅਵਸਥਾ ਵਿੱਚ ਹੀ ਗੁਰੂ ਦੀ ਮੱਤ ਲੈ ਕੇ ਗੁਰਸਿੱਖਿਆ ਦੁਆਰਾ ਵਾਹਿਗੁਰੂ ਨੂੰ ਪਛਾਣਿਆ ਹੈ। ਐਸੇ ਜੋ ਦੀਨ ਦਿਆਲ ਸਤਿਗੁਰੂ ਨੇ ਪੰਜਵੇਂ ਪਾਤਸ਼ਾਹ ਉਹਨਾਂ ਸਤਿਗੁਰਾਂ ਦੇ ਮੁੱਖ ਤੋਂ ਇਹ ਬਾਣੀ ਸਾਧ ਸੰਗਤ ਜੀ ਪ੍ਰਗਟ ਹੋਈ ਹੈ। ਗੁਰ ਪੂਰਾ ਚਰਨੀ ਲਾਇਆ, ਇਹ ਰੱਖਿਆ ਦਾ ਹੀ ਸ਼ਬਦ ਮਹਾਰਾਜ ਉਚਾਰਨ ਕਰਦੇ ਨੇ। ਕਹਿੰਦੇ ਵੀ ਜਿਨ੍ਹਾਂ ਗੁਰਮੁਖ ਜਨਾਂ ਨੂੰ ਜਿਹੜੇ ਗੁਰੂ ਅਨੁਸਾਰੀ ਸਿੱਖ ਨੇ, ਗੁਰਪੂਰਾ ਪੂਰਨ ਗੁਰੂ ਸਾਹਿਬ ਜੀ ਨੇ ਚਰਨੀ ਲਾਇਆ, ਜਿਨ੍ਹਾਂ ਗੁਰਮੁਖਾਂ ਨੂੰ ਗੁਰਸਿੱਖਾਂ ਨੂੰ ਆਪਣੇ ਚਰਨਾਂ ਦੇ ਨਾਲ ਲਾ ਲਿਆ ਹੈ, ਆਪਣੇ ਚਰਨ ਕਮਲਾਂ ਦੇ ਵਿੱਚ ਜੋੜ ਲਿਆ ਹੈ। ਚਰਨੀ ਲਾਉਣਾ ਕੀ ਹੈ ਹੁਣ, ਕਿ ਕੇਵਲ ਇਹ ਨਹੀਂ ਵੀ ਹੱਥ ਸੁਹਾ ਦਿੱਤਾ, ਭਾਵੇਂ ਉਹਦੀ ਵੀ ਮਹਾਨਤਾ ਵੀ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਨੇ ਆਪਣੇ ਧਿਆਨ ਵਿੱਚ ਜੋੜ ਲਿਆ ਹੈ, ਜਿੱਥੇ ਵੀ ਜਾਣ ਗੁਰੂ ਸਾਹਿਬ ਦਾ ਧਿਆਨ ਰੱਖਦੇ ਨੇ, ਮਹਾਰਾਜ ਸਾਹਿਬ ਨੂੰ ਮੁੱਖ ਰੱਖਦੇ ਹਨ, ਗੁਰਮੁਖ ਕਹਿੰਦੇ ਹੀ ਉਹਨੂੰ ਹਨ। ਇਹ ਸਾਧ ਸੰਗਤ ਜੀ, ਜਿਹੜਾ ਗੁਰੂ ਨੂੰ ਮੁੱਖ ਰੱਖੇ ਸਿੱਖ ਉਹੀ ਖੁਸ਼ੀਆਂ ਪ੍ਰਾਪਤ ਕਰ ਸਕਦਾ, ਸਹੇਲਾ ਵੀ ਉਹੀ ਹੋ ਸਕਦਾ ਹੈ। ਇਹ ਸਾਨੂੰ ਇਤਿਹਾਸ ਵਿੱਚੋਂ ਵੀ ਬਚਨ ਜਿਹੜੇ ਹਨ ਸੁਣਨ ਅਤੇ ਪੜ੍ਹਨ ਨੂੰ ਮਿਲਦੇ ਨੇ, ਜਿਵੇਂ ਜਗਤ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਜੰਗਲਾਂ ਦੇ ਵਿੱਚੋਂ ਜਾਂਦੇ ਸਨ, ਭਾਈ ਬਾਲਾ ਜੀ ਮਰਦਾਨਾ ਜੀ ਮਹਾਰਾਜ ਦੇ ਨਾਲ ਨੇ, ਉੱਥੇ ਸਤਿਗੁਰਾਂ ਇਹ ਪੂਰਨਾ ਪਾਇਆ ਵੀ ਗੁਰੂ ਸਾਹਿਬ ਜਿਨ੍ਹਾਂ ਨੂੰ ਚਰਨੀ ਲਾਉਂਦੇ ਨੇ ਉਹਨਾਂ ਨੂੰ ਸੁੱਖ ਮਿਲਦਾ ਹੈ, ਗੁਰੂ ਦੇ ਹੁਕਮ ਮੰਨਣ ਦੇ ਵਿੱਚ ਸੁੱਖ ਹੈ, ਗੁਰੂ ਦੇ ਹੁਕਮ ਤੋਂ ਬਾਹਰ ਹੋਣ ਦੇ ਵਿੱਚ ਦੁੱਖ ਹੈ। ਇਹ ਪ੍ਰਗਟ ਕਰਨ ਵਾਸਤੇ ਸਤਿਗੁਰਾਂ ਨੇ ਗੱਲ, ਅਤੇ ਭਾਈ ਮਰਦਾਨਾ ਜੀ ਨੂੰ ਭੁੱਖ ਤਾਂ ਕੀ ਲੱਗਣੀ ਹੁੰਦੀ ਸੀ, ਉਹ ਵੀ ਗੁਰੂ ਕੇ ਬੜੇ ਪਿਆਰੇ ਸਿੱਖ ਸਨ, ਗੁਰੂ ਨਾਨਕ ਦੇਵ ਮਹਾਰਾਜ ਆਪ ਵੀ ਕੋਈ ਖੇਡ ਜੀ ਵਰਤਾ ਦਿੰਦੇ ਅਤੇ ਉਹ ਫਿਰ ਕੌਤਕ ਕਰਦੇ ਸਨ ਪਾਤਸ਼ਾਹ। ਚੱਲਦਿਆਂ ਚੱਲਦਿਆਂ ਜੰਗਲ ਸੀ, ਬੀਆਬਾਨ, ਕੋਈ ਨਗਰ ਵਸੋਂ ਨੇੜੇ ਨਹੀਂ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਬੜਾ ਵਿਆਕਲ ਹੋ ਰਿਹਾ ਹਾਂ, ਭੁੱਖ ਦੇ ਕਾਰਨ ਹੁਣ ਇੱਕ ਪੈਰ ਮੇਰੇ ਕੋਲ ਚੱਲਿਆ ਨਹੀਂ ਜਾਂਦਾ। ਅਤੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਫਿਰ ਜਾਂ ਉਹ ਭਾਈ ਮਰਦਾਨਿਆਂ ਅੱਕ ਨੇ, ਇਹਨਾਂ ਅੱਕਾਂ ਨਾਲ ਖੱਖੜੀਆਂ ਲੱਗੀਆਂ ਨੇ, ਸਾਧ ਸੰਗਤ ਰੰਗ ਇਹਨਾਂ ਦੇ ਫਲਾਂ ਦਾ ਵੇਖਣ ਨੂੰ ਅੰਬਾ ਵਰਗਾ ਹੁੰਦਾ ਪਰ ਹੁੰਦੀਆਂ ਅੰਦਰੋਂ ਪੋਲੀਆਂ ਨੇ। ਅਤੇ ਸਾਹਿਬ ਕਹਿੰਦੇ ਵੀ ਇਹ ਅੱਕਾਂ ਦੀਆਂ ਜਿਹੜੀਆਂ ਖੱਖੜੀਆਂ ਨੇ ਫਲ ਨੇ, ਇਹਨਾਂ ਤੋੜ ਕੇ ਖਾ ਲਾ। ਅਤੇ ਭਾਈ ਮਰਦਾਨਾ ਜੀ ਖਿੱਝ ਕੇ ਕਹਿਣ ਲੱਗੇ, ਮਹਾਰਾਜ ਠੀਕ ਹੈ ਵੀ ਮੈਂ ਤੁਹਾਨੂੰ ਜਿਹੜਾ ਪਰੇਸ਼ਾਨ ਕਰਦਾ ਰਹਿੰਦਾ ਵਾਰ ਵਾਰ ਵੀ ਮੈਨੂੰ ਖਾਣ ਨੂੰ ਕੁਝ ਦਿਓ, ਮੈਨੂੰ ਮਿਲਿਆ ਨਹੀਂ ਹੈ, ਪਰ ਤੁਹਾਡੇ ਨਾਲ ਆਇਆ ਇਹਦਾ ਮਤਲਬ ਇਹ ਕਿ ਨਹੀਂ ਹੁਣ ਤੁਸੀਂ ਮਹਾਰਾਜ ਮੈਨੂੰ ਇਹ ਜ਼ਹਿਰ ਹੀ ਖਵਾ ਕੇ ਮਾਰ ਦਿਓ। ਅਤੇ ਸਤਿਗੁਰੂ ਸਾਹਿਬ ਕਹਿਣ ਲੱਗੇ, ਭਾਈ ਮਰਦਾਨਿਆਂ ਤੂੰ ਸਾਡਾ ਬੇਲੀ ਹੈ, ਮਿੱਤਰ ਹੈ, ਤੂੰ ਸਾਡਾ ਸਾਥੀ ਹੈ, ਅਸੀਂ ਤੇਰੇ ਨਾਲ ਐਸਾ ਨਹੀਂ ਕਰ ਸਕਦੇ, ਵਚਨ ਮੰਨ, ਤੂੰ ਇਹ ਅੱਕਾਂ ਦੀਆਂ ਜੋ ਖੱਖੜੀਆਂ ਨੇ ਜੋ ਫਲ ਨੇ ਇਹ ਤੋੜ ਕੇ ਖਾ ਲੈ। ਅਤੇ ਨਾਲ ਸਤਿਗੁਰਾਂ ਨੇ ਕਿਹਾ, ਜਿੰਨੀ ਭੁੱਖ ਹੈ ਉਨੀ ਰੱਜ ਕੇ ਖਾ ਲੈ, ਪੱਲੇ ਨਾ ਬੰਨੀ, ਇਹ ਵੀ ਵਚਨ ਕਰਤਾ। ਭਾਈ ਮਰਦਾਨਾ ਜੀ ਨੇ ਮਹਾਰਾਜ ਦਾ ਹੁਕਮ ਮੰਨਿਆ, ਹੁੰਦੇ ਤਾਂ ਬੜੇ ਕੌੜੇ ਫਲ ਨੇ ਪਰ ਗੁਰੂ ਨਾਨਕ ਸਾਹਿਬ ਜੀ ਦੀ ਦ੍ਰਿਸ਼ਟੀ ਪਈ, ਜਿਨ੍ਹਾਂ ਨੇ ਕੌੜੇ ਰੇਠੇ ਵੀ ਮਿੱਠੇ ਕਰ ਦਿੱਤੇ, ਅੱਜ ਤੀਕਰ ਉਹ ਨਿਸ਼ਾਨੀ ਉਸੇ ਤਰ੍ਹਾਂ ਹੈ। ਸ਼੍ਰੀ ਗੁਰੂ ਨਾਨਕ ਦੇਵ ਦੇ ਨਾਮ 'ਤੇ ਨਾਨਕ ਮਤਾ ਜੋ ਅਸਥਾਨ ਹੈ ਉੱਥੇ, ਅਤੇ ਦ੍ਰਿਸ਼ਟੀ ਕਰਕੇ ਜਦੋਂ ਭਾਈ ਮਰਦਾਨਾ ਜੀ ਨੇ ਛਕਿਆ ਅਤੇ ਇਤਿਹਾਸ 'ਚ ਲਿਖਿਆ, ਅੰਮ੍ਰਿਤ ਵਰਗਾ ਸਵਾਦ ਅੱਕਾਂ ਦੀਆਂ ਖੱਖੜੀਆਂ 'ਚੋਂ ਆਇਆ। ਭਾਈ ਮਰਦਾਨਾ ਜੀ ਤੋੜ ਤੋੜ ਖਾਂਦੇ ਨੇ, ਖੁਸ਼ ਹੁੰਦੇ ਨੇ ਵੀ ਆਹ ਤਾਂ ਬਾਬੇ ਨੇ ਅੱਜ ਬਹੁਤ ਹੀ ਕਿਰਪਾ ਕੀਤੀ ਆ, ਅਤੇ ਰੱਜ ਕੇ ਫਲ ਜਦ ਛਕ ਲਏ ਅਤੇ ਸਵਾਦ ਬਹੁਤੇ ਸੀ।
ਅਤੇ ਕੁਝ ਮਹਾਰਾਜ ਤੋਂ ਥੋੜ੍ਹਾ ਜਿਹਾ ਅੱਖ ਜਿਹੜੀ ਆ ਛੁਪਾ ਕਰਕੇ ਅਤੇ ਸਾਧ ਸੰਗਤ ਪੱਲੇ ਦੇ ਨਾਲ ਵੀ ਫਲ ਬੰਨ ਲਏ। ਅੱਗੇ ਅੱਗੇ ਫਿਰ ਗੁਰੂ ਨਾਨਕ ਸਾਹਿਬ ਚੱਲੇ ਜਾ ਰਹੇ ਨੇ। ਭਾਈ ਮਰਦਾਨਾ ਥੋੜ੍ਹਾ ਜਿਹਾ ਪਿਛਾਂ ਹੋਰ ਹਟਵਾਂ ਹੋ ਗਿਆ, ਵੈਸੇ ਵੀ ਪਿੱਛੇ ਹੀ ਚੱਲਦਾ ਸੀ, ਅਤੇ ਰਾਹ ਦੇ ਵਿੱਚ ਜਾ ਕਰਕੇ ਕੁਝ ਸਮਾਂ ਫਿਰ ਕਹਿੰਦਾ ਵੀ ਸਵਾਦ ਬੜੇ ਸੀ, ਥੋੜ੍ਹਾ ਜਿਹਾ ਚੱਲਿਆ ਅਤੇ ਭੁੱਖ ਲੱਗੀ, ਫਲ ਕੱਢ ਕੇ ਖਾਣ ਲੱਗ ਪਿਆ। ਜਦ ਫਲ ਖਾਧਾ ਅਤੇ ਫਲ ਖਾਂਦਿਆਂ ਸਾਰੀ ਅਫਰੇਵਾਂ ਹੋ ਗਿਆ ਪੇਟ ਦੇ ਵਿੱਚ, ਉੱਥੇ ਹੀ ਤੜਫਣ ਲੱਗ ਪਿਆ। ਜਦੋਂ ਤੜਫਣ ਲੱਗੇ ਥੋੜ੍ਹਾ ਅੱਗੇ ਜਾ ਕੇ ਪਿੱਛੇ ਨੂੰ ਨਿਗਾਹ ਝਾਤ ਮਾਰੀ, ਮਹਾਰਾਜ ਨੇ ਮਰਦਾਨਾ ਜੀ ਧਰਤੀ 'ਤੇ ਤੜਫ ਰਹੇ ਨੇ। ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨਿਆਂ ਕਿਉਂ ਤੜਫਦਾ? ਕਹਿੰਦੇ ਮਹਾਰਾਜ ਆ ਫਲ ਖਾਧਾ ਸੀ ਪੱਲੇ ਨਾਲ ਬੰਨਿਆ, ਨਾਲੇ ਥੋੜ੍ਹਾ ਜਿਹਾ ਅੱਖਾਂ ਨੀਵੀਆਂ ਜਿਹੀਆਂ ਕਰ ਲਈਆਂ, ਅਤੇ ਸਤਿਗੁਰੂ ਕਹਿੰਦੇ ਤੈਨੂੰ ਕਿਹਾ ਸੀ ਨਾ ਵੀ ਜਿੰਨਾ ਤੂੰ ਛੱਕ ਸਕਦਾ ਹੈ ਰੱਜ ਕੇ ਉਹਨੇ ਫਲ ਖਾ ਲਿਆ, ਪਰ ਪੱਲੇ ਨਾ ਬੰਨੀ। ਅਤੇ ਉਸ ਵੇਲੇ ਭਾਈ ਮਰਦਾਨਾ ਜੀ ਨੇ ਨੇਤਰ ਨੀਵੇਂ ਕੀਤੇ, ਪਤਾ ਸੀ ਗਲਤੀ ਕੀਤੀ, ਮਹਾਰਾਜ ਦੇ ਅੱਗੇ ਬੋਲੇ ਨਾ ਬਖਸ਼ ਲਓ। ਮਹਾਰਾਜ ਕਹਿੰਦੇ ਉਹ ਕਰ ਵੀ ਇੱਕ ਫਲ ਜਿਹੜਾ ਹੈ ਉਹ ਹੋਰ ਖਾ। ਸਾਧ ਸੰਗਤ ਵੇਖੋ, ਗੁਰੂ ਮਹਾਰਾਜ ਦੇ ਬਚਨਾਂ ਵਿੱਚ ਹੀ ਅੰਮ੍ਰਿਤ ਹੁੰਦਾ, ਅਤੇ ਗੁਰੂ ਤੋਂ ਬੇਮੁਖ ਹੋਣ ਦੇ ਵਿੱਚ ਹੀ ਜ਼ਹਿਰ ਹੈ, ਹੋਰ ਜ਼ਹਿਰ ਅੰਮ੍ਰਿਤ ਸਿੱਖ ਲਈ ਕੋਈ ਨਹੀਂ ਹੈ। ਭਾਈ ਮਰਦਾਨਾ ਜੀ ਨੇ ਗੁਰੂ ਦਾ ਹੁਕਮ ਮੰਨ ਕੇ ਅਤੇ ਉਹ ਬੰਨੇ ਹੋਏ ਜਿਹੜੇ ਪੱਲੇ ਨਾਲ ਫਲ ਸਨ ਉਹਨਾਂ 'ਚੋਂ ਇੱਕ ਹੋਰ ਫਲ ਖਾਧਾ, ਅਤੇ ਫਲ ਖਾਂਦੇ ਸਾਰ ਫਰੇਵਾਂ ਚਲਿਆ ਗਿਆ, ਚੱਕਿਆ ਗਿਆ। ਵੇਖੋ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਇਹ ਫਲ ਸ਼ਕਲ ਹੈ ਅੰਮ੍ਰਿਤ ਵਰਗੇ ਮਿੱਠੇ ਲੱਗੇ, ਗੁਰਾਂ ਨੇ ਕਿਹਾ ਸੀ ਪੱਲੇ ਨਾ ਬੰਨੀ, ਜਦ ਲੋਕੇ ਖਾਧਾ ਉਹੀ ਫਲ ਜ਼ਹਿਰ ਹੋ ਕੇ ਅਫਰੇਵਾਂ ਕਰ ਗਿਆ, ਫਿਰ ਉਸੇ ਜ਼ਹਿਰ ਅਫਰੇਵੇ ਨੂੰ ਮੇਟਣ ਲਈ ਮਹਾਰਾਜ ਨੇ ਕਿਹਾ ਇੱਕ ਫਲ ਹੋਰ ਸ਼ਕਲ ਹੈ ਅਤੇ ਅਫਰੇਵਾਂ ਮਿਟ ਗਿਆ। ਇਹ ਭਾਵ ਕੀ ਸੀ? ਫਲ ਤਾਂ ਉਹੀ ਹੈ ਪਰ ਇਹਨਾਂ ਦਾ ਅਸਰ ਕਿਉਂ ਵੱਖਰਾ ਹੋਇਆ? ਕਿਉਂਕਿ ਗੁਰੂ ਦਾ ਬਚਨ ਹੈ, ਗੁਰੂ ਮਹਾਰਾਜ ਦੇ ਬਚਨਾਂ ਦੇ ਵਿੱਚ ਚੱਲਣਾ ਹੀ ਸਿੱਖੀ ਹੈ। ਜਦੋਂ ਗੁਰੂ ਦਾ ਬਚਨ ਹੁੰਦਾ, ਗੁਰੂ ਦੀ ਦ੍ਰਿਸ਼ਟੀ ਹੁੰਦੀ ਹੈ, ਸਿੱਖ ਗੁਰੂ ਦੀ ਆਗਿਆ ਵਿੱਚ ਚੱਲਦਾ ਹੈ, ਚਰਨੀ ਲੱਗਦਾ ਹੈ, ਫਿਰ ਸਾਧ ਸੰਗਤ ਜ਼ਹਿਰ ਵੀ ਅੰਮ੍ਰਿਤ ਬਣ ਜਾਂਦੀ ਹੈ। ਅਤੇ ਜਦ ਗੁਰੂ ਤੋਂ ਬੇਮੁੱਖ ਹੋਵੇ ਤਾਂ ਭਾਵੇਂ ਅੰਮ੍ਰਿਤ ਵੀ ਹੋਵੇ ਉਹ ਵੀ ਜ਼ਹਿਰ ਦੀ ਨਿਆਈ ਦੁੱਖਦਾ ਹੀ ਲੱਗਦਾ ਹੈ ਫਿਰ। ਸੋ ਇਸ ਕਰਕੇ ਸਾਹਿਬ ਜੀ ਨੇ ਸਿੱਖਿਆ ਜੋ ਨਾ ਇਹ ਸਾਖੀਆਂ ਇਹ ਕੇਵਲ ਕੰਨ ਰਸ ਨਹੀਂ, ਇਹ ਸਾਨੂੰ ਸਮਝਾਉਣ ਲਈ ਨੇ ਵੀ ਵੇਖ ਲਓ ਗੁਰੂ ਦੇ ਬਚਨ ਨੂੰ ਮੰਨਣਾ ਅਤੇ ਨਾ ਮੰਨਣਾ ਇਹਦੇ ਵਿੱਚ ਹੀ ਸੁੱਖ ਅਤੇ ਦੁੱਖ ਲੁਕੇ ਹੋਏ ਨੇ। ਹੁਣ ਆਪਾਂ ਗੁਰੂ ਦਾ ਹੁਕਮ ਮੰਨ ਕੇ ਸੁੱਖ ਲੈਣਾ ਜਾਂ ਬੇਮੁੱਖ ਹੋ ਕੇ ਜੰਮਣ ਮਰਨ ਦਾ ਦੁੱਖ ਲੈਣਾ, ਇਹ ਤਾਂ ਸਾਨੂੰ ਮਹਾਰਾਜ ਨੇ ਸੁਤੰਤਰਤਾ ਦਿੱਤੀ ਹੈ। ਜਿਵੇਂ ਮੱਛੀ ਜਿਹੜੀ ਹੈ ਨਾ ਸਾਧ ਸੰਗਤ, ਉਹ ਪਾਣੀ ਦੇ ਵਿੱਚ ਸਮੁੰਦਰ ਦੇ ਵਿੱਚ ਹੈ, ਨਦੀ ਦੇ ਵਿੱਚ ਹੈ, ਉਹਨੂੰ ਓਨੀ ਸੁਤੰਤਰਤਾ ਹੈ ਜਿੱਥੋਂ ਤੀਕਰ ਉਹਦੇ ਕਿਨਾਰੇ ਨੇ, ਵੀ ਕਿਨਾਰਿਆਂ ਤੀਕਰ ਤੂੰ ਜਾ ਸਕਦੀ ਹੈ, ਪਰ ਕਿਨਾਰਿਆਂ ਤੋਂ ਬਾਹਰ ਜਾਣ ਦੀ ਮਛਲੀ ਨੂੰ ਸੁਤੰਤਰਤਾ ਨਹੀਂ ਹੈ। ਇਸੇ ਤਰ੍ਹਾਂ ਸਿੱਖ ਨੂੰ ਜੋ ਮਹਾਰਾਜ ਸਾਹਿਬ ਜੀ ਨੇ ਹੁਕਮ ਤਾਂ ਉਹਦੇ ਵਿੱਚ ਹੀ ਨੇ ਸਾਰੇ, ਪਰ ਇੰਨੀ ਸੁਤੰਤਰਤਾ ਦਿੱਤੀ ਹੈ ਵੀ ਵੇਖ ਹੁਣ ਤੂੰ ਸੁੱਖ ਮੰਨਣਾ ਹੈ ਗੁਰੂ ਦੁਆਰਾ ਜਾਂ ਦੁੱਖ ਮੰਨਣੇ ਨੇ ਬੇਮੁੱਖ ਹੋ ਕਰਕੇ। ਤਾਂਹੀਓ ਤਾਂ ਵਾਰ ਵਾਰ ਸਾਹਿਬ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ, ਕਿੱਤ ਕੋ ਫੱਕੜੇ ਸਭ ਮੁੱਕਦੀ ਚੱਲੀ ਰਹਿਣ, ਤੇਰੀ ਜ਼ਿੰਦਗੀ ਰੂਪੀ ਅਵਸਥਾ ਰੂਪੀ ਰਾਤ ਮੁੱਕ ਚੱਲੀ ਹੈ ਪਿਆਰਿਆ, ਬੁਢੇਪੇ ਰੂਪੀ ਅੰਮ੍ਰਿਤ ਵੇਲਾ ਹੋ ਰਿਹਾ, ਇਹ ਸਵਾਸ ਪੂਰੇ ਹੋਣ ਰੂਪੀ ਅੰਮ੍ਰਿਤ ਵੇਲਾ ਹੋ ਰਿਹਾ ਹੈ, ਥੋੜ੍ਹੇ ਸਮੇਂ ਦੇ ਬਾਅਦ ਹੀ ਮੌਤ ਰੂਪੀ ਕਾਲ ਰੂਪੀ ਸੂਰਜ ਨੇ ਉਦੇ ਹੋ ਜਾਣਾ, ਫਿਰ ਕੀ ਕਰੇਗਾ?
ਸਭ ਕੁਝ ਇੱਥੇ ਹੀ ਧਰਿਆ ਧਰਾਇਆ ਰਹਿ ਜਾਣਾ ਹੈ। ਗੁਰੂ ਮਹਾਰਾਜ ਸਾਹਿਬ ਜੀ ਦੇ ਬਚਨ ਮੰਨਣ ਵਿੱਚ ਸੁੱਖ ਹੈ। ਸਾਧ ਸੰਗਤ ਬਚਨ ਹੀ ਕਮਾਇਆ ਸੀ ਨਾ, ਬਾਬਾ ਲਹਿਣਾ ਜੀ ਨੇ ਅਤੇ ਗੁਰੂ ਅੰਗਦ ਦੇਵ ਸਾਹਿਬ ਬਣ ਗਏ। ਜਦ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੁਝ ਪਰਖਾਂ ਕੀਤੀਆਂ ਅਤੇ ਆਪਾਂ ਸਾਖੀ ਤਾਂ ਬੜੀ ਵਾਰ ਸੁਣੀ ਹੈ ਵੀ ਕਿੱਕਰਾਂ ਦੇ ਨਾਲੋਂ ਮਠਿਆਈ ਲਾਉਣ ਵਾਲੀ, ਪਰ ਇਹਦੇ ਵਿੱਚ ਅਸਲੀ ਸਿਧਾਂਤ ਕੀ ਹੈ ਉਹ ਆਪਾਂ ਸਮਝਦੇ ਨਹੀਂ ਹੈ। ਕਈ ਜਿਹੜੇ ਹਨ ਕੰਨ ਰਸ ਲੈ ਲੈਂਦੇ ਨੇ, ਕਈ ਕਹਿ ਦਿੰਦੇ ਵੀ ਇੱਦਾਂ ਹੋ ਨਹੀਂ ਸਕਦਾ, ਬਸ ਇੱਥੋਂ ਤੀਕਰ ਸਾਡੀ ਸੋਝੀ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਰਖ ਕਰਨ ਦੇ ਵਾਸਤੇ ਸਭ ਤੋਂ ਪਹਿਲਾਂ ਆਪਣੇ ਸਾਹਿਬਜ਼ਾਦਿਆਂ ਨੂੰ ਬਾਬਾ ਸ਼੍ਰੀ ਚੰਦ ਲਖਮੀ ਦਾਸ ਜੀ ਨੂੰ ਵਾਰੀ ਵਾਰੀ ਕਿਹਾ, ਸੱਤ ਅੱਠ ਦਿਨ ਸਾਲ ਸੰਗਤ ਮੀਂਹ ਪੈਂਦਾ ਰਿਹਾ ਸ਼੍ਰੀ ਕਰਤਾਰਪੁਰ ਸਾਹਿਬ, ਲੰਗਰ ਜਿਹੜਾ ਹੈ ਪਕਾਉਣ ਦੇ ਵਾਸਤੇ ਵੀ ਛਾਂ ਨਾ ਰਹੀ, ਇੰਨਾ ਪਾਣੀ ਚੜ੍ਹ ਆਇਆ, ਸੰਗਤ ਜਿਹੜੀ ਸੀ ਭੁੱਖ ਨਾਲ ਵਿਆਕਲ ਹੋ ਗਈ। ਸਾਹਿਬ ਕਹਿੰਦੇ ਵੀ ਲੰਗਰ ਤਿਆਰ ਕਰਨ ਦੇ ਵਿੱਚ ਤਾਂ ਮੁਸ਼ਕਲ ਹੈ, ਹਾਲਾਂ ਲੋ ਚੁੱਲ੍ਹੇ ਜਿਹੜੇ ਹਨ ਉਹਨਾਂ 'ਚ ਪਾਣੀ ਪਿਆ ਹੈ, ਇਸ ਕਰਕੇ ਜਾਓ ਬੇਟਾ ਸੰਗਤਾਂ ਦੀ ਸੇਵਾ ਕਰੀਓ, ਸਾਹਮਣੇ ਕਿੱਕਰ ਹੈ ਜੋ ਧਰਮਸਾਲ ਦੇ ਅੰਦਰ, ਉਹਨੂੰ ਹਲੂਣਾ ਦਿਓ ਤੋਂ ਮਠਿਆਈ ਝੜੇਗੀ, ਫਿਰ ਸੰਗਤਾਂ ਖਾ ਕੇ ਅਤੇ ਭੁੱਖ ਆਪਣੀ ਸ਼ੁਧਾ ਦੂਰ ਕਰਨਗੀਆਂ। ਅਤੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਮਹਾਰਾਜ ਕਿੱਕਰਾਂ ਨੂੰ ਕਦੀ ਮਠਿਆਈ ਲੱਗੀ ਹੈ? ਇਨਕਾਰ ਕਰ ਦਿੱਤਾ, ਉਹਨਾਂ ਦਾ ਬਚਨ ਵੀ ਸੱਚਾ ਸੀ ਜਿੱਥੋਂ ਤੀਕਰ ਵਿਚਾਰ ਕਰੀਏ। ਫਿਰ ਬਾਬਾ ਸ਼੍ਰੀ ਚੰਦ ਅਤੇ ਲਖਮੀ ਦਾਸ ਜੀ ਨੇ ਵੀ ਉਹੀ ਉੱਤਰ ਦਿੱਤਾ, ਮਹਾਰਾਜ ਇਵੇਂ ਕਿਵੇਂ ਹੋ ਸਕਦਾ ਹੈ? ਅਤੇ ਫਿਰ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ, ਭਾਈ ਲੈਣਿਆ ਤੂੰ ਚੜ੍ਹ ਕਿੱਕਰ ਦੇ ਉੱਤੇ ਚੜ੍ਹ ਕੇ ਡਾਹਣੇ ਨੂੰ ਪਕੜ ਕੇ ਹਲੂਣਾ ਵੇ। ਜਦੋਂ ਗੁਰੂ ਅੰਗਦ ਸਾਹਿਬ ਜੀ ਸਾਧ ਸੰਗਤ ਕਿੱਕਰ ਦੇ ਨੇੜੇ ਆਏ ਅਤੇ ਡਾਹਣੇ ਨੂੰ ਹੱਥ ਪਾ ਕੇ ਉੱਪਰ ਚੜ੍ਹਨ ਲੱਗੇ ਤਾਂ ਬਾਬਾ ਸ਼੍ਰੀ ਚੰਦ ਜੀ ਨੇੜੇ ਆ ਕੇ ਕਹਿਣ ਲੱਗੇ, ਭਾਈ ਲਹਿਣਾ ਜੀ ਪਿਤਾ ਜੀ ਤਾਂ ਵਡੇਰੀ ਉਮਰ ਦੇ ਹੋ ਗਏ ਹਨ, ਤੈਨੂੰ ਤਾਂ ਪਤਾ ਹੈ ਨਾ ਕਿੱਕਰਾਂ ਦੇ ਨਾਲ ਵੀ ਕਦੀ ਮਠਿਆਈਆਂ ਲੱਗੀਆਂ ਨੇ? ਤਾਂ ਉਸ ਵੇਲੇ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਨੇ ਕਿਹਾ ਸੀ, ਬਾਬਾ ਸ਼੍ਰੀ ਚੰਦ ਜੀ ਮੈਂ ਕਦ ਕਿਹਾ ਹੈ ਵੀ ਮਠਿਆਈਆਂ ਲੱਗਦੀਆਂ ਨੇ? ਮੈਨੂੰ ਮੇਰੇ ਗੁਰੂ ਦਾ ਹੁਕਮ ਹੈ ਵੀ ਚੜ੍ਹ ਕੇ ਕਿੱਕਰ 'ਤੇ ਇਹਨੂੰ ਹਲੂਣਾ ਦੇਣਾ ਹੈ, ਮੈਂ ਆਪਣੇ ਗੁਰੂ ਦਾ ਹੁਕਮ ਮੰਨ ਕੇ ਹਲੂਣਾ ਦੇਣਾ, ਇਹ ਤੋਂ ਕਿੱਕਰ ਤੋਂ ਮਠਿਆਈ ਝੜਦੀ ਹੈ, ਕੰਡੇ ਡਿੱਗਦੇ ਨੇ ਨਹੀਂ ਡਿੱਗਦੇ, ਇਹ ਉਹ ਗੁਰੂ ਨਾਨਕ ਜਾਣੇ, ਇਹ ਜ਼ਿੰਮੇਵਾਰੀ ਗੁਰੂ ਨਾਨਕ ਦੇਵ ਸਾਹਿਬ ਦੀ ਹੈ ਵੀ ਮਠਿਆਈ ਝੜਨੀ ਹੈ ਜਾਂ ਨਹੀਂ, ਮੇਰਾ ਤਾਂ ਕੰਮ ਹੈ ਸੇਵਕ ਦਾ ਵੀ ਗੁਰੂ ਦਾ ਹੁਕਮ ਮੰਨਣਾ, ਹੁਕਮ ਮੰਨਣਾ ਹੀ ਸੇਵਕ ਦਾ ਕੰਮ ਹੈ ਨਾ। ਅਤੇ ਸਾਧ ਸੰਗਤ ਬਾਬਾ ਲਹਿਣਾ ਜੀ ਨੇ ਉਹ ਹੁਕਮ ਮੰਨਿਆ, ਅਤੇ ਹੁਕਮ ਮੰਨਿਆ ਤਾਂ ਹੀ ਉਹਦਾ ਗੁਰਪੂਰਾ ਚਰਨੀ ਲਾਇਆ, ਪੂਰਨ ਗੁਰੂ ਨਾਨਕ ਦੇਵ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਵੀ ਆਪਣੇ ਚਰਨਾਂ ਨਾਲ ਹੀ ਲਾ ਲਿਆ ਨਾ। ਸੋ ਇਸ ਕਰਕੇ ਭਾਵ ਇਹ ਹੈ ਵੀ ਸਾਨੂੰ ਇਹ ਨਹੀਂ ਵੇਖਣਾ ਚਾਹੀਦਾ, ਲੋਕ ਅੱਜ ਕੱਲ੍ਹ ਇਤਿਹਾਸ ਅਤੇ ਗੁਰਬਾਣੀ ਨੂੰ ਸਾਇੰਸ ਦੇ ਉੱਤੇ ਕਸਵੱਟੀ ਲਾ ਕੇ ਪਰਖਣ ਦਾ ਯਤਨ ਕਰਦੇ ਨੇ। ਸਾਧ ਸੰਗਤ ਗੁਰਬਾਣੀ ਜੋ ਹੈ, ਜਦੋਂ ਅਸੀਂ ਇਹੋ ਜਿਹੀਆਂ ਦੁਨੀਆ ਦੀਆਂ ਤਰਕਾਂ ਵਿਤਰਕਾਂ ਦੇ ਨਾਲ ਸੋਚਾਂਗੇ, ਫਿਰ ਸਾਡੀ ਬੁੱਧੀ 'ਚ ਉਹ ਬੇਮੁਖਤਾ ਵਾਲੇ ਵਿਚਾਰ ਪ੍ਰਗਟ ਹੋਣਗੇ, ਕਿਉਂਕਿ ਧਰਮ ਦਾ ਸਾਇੰਸ ਨਾਲ ਵਿਰੋਧ ਹੀ ਕੋਈ ਨਹੀਂ ਹੈ, ਸਾਰੇ ਪਰਮੇਸ਼ਰ ਦੇ ਬਣਾਏ ਨੇ, ਅਤੇ ਨਾ ਹੀ ਸਾਇੰਸ ਕਿਸੇ ਧਰਮ ਦਾ ਵਿਰੋਧ ਕਰਦੀ ਹੈ। ਉਹਨਾਂ ਦੇ ਤਾਂ ਆਪਣੇ ਅੰਦਾਜ਼ੇ ਹੁੰਦੇ ਨੇ, ਜਿਹੜੀ ਗੱਲ ਅੱਜ ਉਹਨਾਂ ਨੇ ਕਹੀ ਹੈ ਕੱਲ੍ਹ ਆਪੇ ਹੀ ਉਹ ਤੋਂ ਮੁੱਕਰ ਜਾਂਦੇ ਨੇ, ਕੋਈ ਨਵੀਂ ਕਹਿ ਦਿੰਦੇ ਨੇ। ਜਿਹੜੇ ਵਿਗਿਆਨ ਦੇ ਨਾਲ ਸੰਬੰਧਿਤ ਵਿਦਿਆਰਥੀ ਹੋਣਗੇ ਉਹਨਾਂ ਨੂੰ ਪਤਾ ਵੀ ਜੋ ਉਹ ਖੋਜ ਕਰਦੇ ਨੇ ਉਹ ਤਾਂ ਬਸ
ਜੇ ਉਹਨਾਂ ਖੋਜ ਕਰਕੇ ਕੋਈ ਦਾਅਵਾ ਕਰਤਾ, ਹੋਰ 2 ਸਾਲਾਂ ਨੂੰ ਨਵੀਂ ਖੋਜ ਹੋ ਗਈ, ਉਹ ਪਹਿਲਾ ਦਾਅਵਾ ਆਪਣਾ ਹੀ ਰੱਦ ਕਰ ਲੈਂਦੇ ਨੇ। ਕਦੀ ਉਹ ਕਹਿ ਦਿੰਦੇ ਆ ਵੀ 5000 ਸਾਲ ਪੁਰਾਣੀ ਧਰਤੀ ਹੈ, ਕਦੀ ਕਹਿ ਦਿੰਦੇ ਆ ਵੀ ਇਹ 1,00,000 ਵਰ੍ਹੇ ਪੁਰਾਣੀ ਧਰਤੀ ਹੈ, ਕਿਉਂਕਿ ਉਹਨਾਂ ਦਾ ਕੰਮ ਸਿਰਫ ਅੰਦਾਜ਼ੇ ਲਾਉਣਾ, ਖੋਜਾਂ ਕਰਨਾ ਹੈ। ਸੋ ਇਸ ਕਰਕੇ ਗੁਰੂ ਮਹਾਰਾਜ 'ਤੇ ਸਾਡੀ ਸ਼ਰਧਾ ਭਰੋਸਾ ਇਹ ਪੂਰਾ ਐਸਾ ਹੋਣਾ ਚਾਹੀਦਾ ਵੀ ਸਿੱਖ ਮਾਨੇ ਵੀ ਗੁਰੂ ਨਾਨਕ ਦੇਵ ਸਾਹਿਬ ਪਰਮੇਸ਼ਰ ਦਾ ਰੂਪ ਨੇ ਅਤੇ ਅਸੀਂ ਇਹਨਾਂ ਦਾ ਵਚਨ ਮੰਨਣਾ ਹੈ। ਜਿਹੜਾ ਇਸ ਤਰ੍ਹਾਂ ਵਚਨ ਮੰਨਦਾ ਇਹ ਸਾਧ ਸੰਗਤ, ਉਹਨੂੰ ਹੀ ਫਿਰ ਗੁਰੂ ਸਾਹਿਬ ਆਪਣੇ ਚਰਨੀ ਲਾਉਣਗੇ ਨਾ। ਗੁਰਪੂਰਾ ਚਰਨੀ ਲਾਇਆ, ਪੰਚਮ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਗੁਰਮੁਖਾਂ ਨੂੰ ਪੂਰਨ ਗੁਰਾਂ ਨੇ ਆਪਣੇ ਚਰਨ ਕਮਲਾਂ ਦੇ ਵਿੱਚ ਲਾ ਲਿਆ ਹੈ, ਆਪਣੀ ਸੰਗਤ ਵਿੱਚ ਜੋੜ ਲਿਆ ਹੈ, ਹਰ ਸੰਗ ਸਹਾਈ ਪਾਇਆ। ਜੋ ਹਰੀ ਪਰਮੇਸ਼ਰ ਸੰਗ ਅੰਗ ਸੰਗ ਰਹਿੰਦਾ ਹੈ ਨਾ ਸਾਰਿਆਂ ਦੇ, ਉਸ ਮਾਲਕ ਨੂੰ ਜੋ ਸਹਾਈ ਹੈ ਹਰ ਇੱਕ ਦਾ, ਜੇ ਕੋਈ ਆਖੇ ਵੀ ਮੇਰਾ ਸਹਾਈ ਨਹੀਂ, ਆ ਜਿਹੜੇ ਸਾਹ ਲੈ ਰਿਹਾ ਭਲਿਆ ਇਹ ਉਹਦੀ ਸਹਾਇਤਾ ਨਾਲ ਤਾਂ ਲੈ ਰਿਹਾ ਹੈ, ਜਦੋਂ ਅੱਖਾਂ ਨਾਲ ਕੁਝ ਵੇਖਦਾ ਹੈ ਤਾਂ ਇਹ ਮਾਲਕ ਦੀ ਸਹਾਇਤਾ ਨਾਲ ਹੀ ਤਾਂ ਵੇਖਦਾ ਹੈ, ਜੇ ਤੁਰ ਕੇ ਜਾਣਾ ਹੈ ਤਾਂ ਉਹਦੀ ਸਹਾਇਤਾ ਹੀ ਹੈ, ਜੇ ਉਹ ਮਾਲਕ ਦੀ ਸਹਾਇਤਾ ਨਾ ਹੋਵੇ ਫਿਰ ਤੈਨੂੰ 4 ਜਣੇ ਚੁੱਕ ਕੇ ਖੜ੍ਹਦੇ ਨੇ। ਜਦੋਂ ਆਪਣੀ ਉਹ ਸਹਾਇਤਾ ਵਾਪਸ ਲੈਂਦਾ ਨਾ, ਜਦੋਂ ਖਿੱਚ ਲੈਂਦਾ, ਫਿਰ 4 ਜਣਿਆਂ ਨੂੰ ਚੱਕਣਾ ਪੈਂਦਾ ਹੈ। ਸੋ ਇਸ ਕਰਕੇ ਹਰ ਸੰਗ ਸਹਾਈ, ਜਿਹੜਾ ਹਰੀ ਪਰਮੇਸ਼ਰ ਹਰ ਇੱਕ ਦੇ ਅੰਗ ਸੰਗ ਹੈ, ਸਭ ਜੀਵਾਂ ਦਾ ਸਹਾਈ ਸਹਾਇਤਾ ਕਰਨ ਵਾਲਾ ਹੈ। ਮਹਾਰਾਜ ਜੀ ਕਹਿੰਦੇ ਪਾਇਆ ਉਹ ਗੁਰਮੁਖਾਂ ਨੇ ਪ੍ਰਾਪਤ ਕਰ ਲਿਆ ਹੈ ਗੁਰਾਂ ਦੁਆਰਾ। ਜਹ ਜਾਈ ਹੈ ਤਹਾ ਸੁਹੇਲੇ, ਹੁਣ ਐਸੀ ਖੇਡ ਬਣੀ ਹੈ ਵੀ ਜਿੱਥੇ ਵੀ ਜਾਂਦੇ ਹਾਂ, ਜਿਵੇਂ ਗੁਰੂ ਕੀ ਵਡਾਲੀ ਵੀ ਮਹਾਰਾਜ ਨੂੰ ਜਾਣਾ ਪਿਆ, ਕਹਿੰਦੇ ਗੁਰੂ ਕੀ ਵਡਾਲੀ ਜਾਂਦੇ ਹਾਂ, ਜਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ, ਜਿੱਥੇ ਵੀ ਜਾਂਦੇ ਹਾਂ ਤਾਂ ਉੱਥੇ ਹੀ ਸੁਹੇਲੇ ਸੁੱਖ ਨਾਲ ਹੀ ਰਹਿੰਦੇ ਹਾਂ ਕਿਉਂਕਿ ਰੱਖਿਆ ਹੋ ਗਈ ਮਹਾਰਾਜ ਵੱਲੋਂ। ਜਾਂ ਜਹ ਜਾਈਆ ਤਹਾ ਸੁਹੇਲੇ, ਜਿੱਥੇ ਵੀ ਗੁਰਮੁਖ ਸਾਧ ਸੰਗਤ ਜਾਈਆ ਜਾਂਦੇ ਨੇ ਲੋਕ ਪ੍ਰਲੋਕ ਦੇ ਵਿੱਚ, ਉਹ ਸਦਾ ਸੁਹੇਲੇ ਨੇ, ਕਿਉਂਕਿ ਸਦਾ ਵਾਹਿਗੁਰੂ ਦੇ ਭਾਣੇ ਵਿੱਚ ਗੁਰਾਂ ਦੇ ਹੁਕਮ ਦੇ ਵਿੱਚ ਰਹਿੰਦੇ ਨੇ। ਗੁਰਾਂ ਦੇ ਹੁਕਮ ਦੇ ਵਿੱਚ ਰਹਿਣ ਕਰਕੇ ਸੁਹੇਲੇ ਸੁੱਖ ਹੈ, ਗੁਰੂ ਸਾਹਿਬ ਦੀ ਆਗਿਆ ਵਿੱਚ ਰਹਿਣ ਕਰਕੇ ਉਹਨਾਂ ਨੂੰ ਇੱਥੇ ਆਤਮਕ ਆਨੰਦ ਬਣਿਆ ਰਹਿੰਦਾ, ਅੱਗੇ ਉਹ ਪਰਮ ਆਨੰਦ ਸਰੂਪ ਦੇ ਵਿੱਚ ਮਿਲ ਜਾਂਦੇ ਨੇ। ਜਿੱਥੇ ਵੀ ਜਾਣ ਗੁਰਮੁਖ ਉੱਥੇ ਸੁਖੀ ਹਨ, ਕਰ ਕਿਰਪਾ ਪ੍ਰਭ ਮੇਲੇ, ਕਿਉਂਕਿ ਪ੍ਰਭੂ ਨੇ ਆਪ ਕਿਰਪਾ ਕਰਕੇ ਗੁਰਾਂ ਦੁਆਰਾ ਗੁਰਮੁਖ ਜਿਹੜੇ ਹਨ ਆਪਣੇ ਨਾਲ ਮੇਲੇ ਮੇਲ ਲਏ ਹਨ। ਪਰਮੇਸ਼ਰ ਦੀ ਕਿਰਪਾ ਕਦੋਂ ਹੁੰਦੀ ਹੈ? ਪਰਮੇਸ਼ਰ ਗੁਰੂ ਇੱਕੋ ਹੀ ਰੂਪ ਹੈ, ਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਜਦੋਂ ਅਸੀਂ ਗੁਰੂ ਦਾ ਹੁਕਮ ਕਮਾਉਂਦੇ ਹਾਂ, ਕਿਉਂਕਿ ਗੁਰਪ੍ਰਸਾਦ ਹੀ ਹੈ ਨਾ ਸਭ ਕੁਝ। ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਸੱਚੇ ਸਤਿਗੁਰਾਂ ਨੇ ਇੱਕ ਵਾਰਾਂ ਸ਼੍ਰੀ ਅਨੰਦਪੁਰ ਸਾਹਿਬ ਦੀਵਾਨ ਦੇ ਵਿੱਚ ਸਿੱਖਾਂ ਨੂੰ ਕਿਹਾ ਵੀ ਕੋਈ ਐਸਾ ਸਿੱਖ ਤੁਹਾਡੇ ਵਿੱਚੋਂ ਹੈ ਵੀ ਅਸੀਂ ਘੋੜੇ ਦੇ ਉੱਤੇ ਚੜ੍ਹੀਏ, ਅਤੇ ਘੋੜੇ ਦੀ ਕਾਠੀ ਦੇ ਚੜ੍ਹਦੇ ਸਮੇਂ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਸਾਨੂੰ ਕੋਈ ਗੁਰੂ ਗ੍ਰੰਥ ਸਾਹਿਬ ਪੂਰਾ ਸੁਣਾ ਦੇਵੇ। ਸਾਰੇ ਸਿੱਖ ਚੁੱਪ ਹੋ ਗਏ ਵੀ ਇਹ ਕਿਵੇਂ ਹੋ ਸਕਦਾ ਹੈ। ਇੱਕ ਸਿੱਖ ਕਹਿੰਦਾ ਵੀ ਮਹਾਰਾਜ ਮੈਂ ਸੁਣਾਵਾਂਗਾ, ਅਤੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਨੇ ਘੋੜੇ ਦੇ ਸਾਧ ਸੰਗਤ ਕਾਠੀ ਦੇ ਘੋੜੇ ਦੇ ਸਵਾਰ ਹੋਣ ਲੱਗਿਆਂ ਆਪਣਾ ਜੋ ਪਵਿੱਤਰ ਚਰਨ ਜਦੋਂ ਉਹ ਰਕਾਬ ਦੇ ਵਿੱਚ ਰੱਖਿਆ ਅਤੇ ਰੱਖ ਕੇ ਮਹਾਰਾਜ ਚੜ੍ਹਨ ਲੱਗੇ, ਅਤੇ ਉਹ ਸਿੱਖ ਕਹਿਣ ਲੱਗਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ, ਬੁਲਾ ਤੀ ਉਸਨੇ।
ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮੁਸਕਰਾਏ। ਬਾਕੀ ਸਿੱਖ ਕਹਿਣ ਲੱਗੇ ਪਾਤਸ਼ਾਹ ਇਹ ਕੀ? ਸਤਿਗੁਰੂ ਸਾਹਿਬ ਕਹਿੰਦੇ ਇਹੀ ਸਾਰਾ ਗੁਰੂ ਗ੍ਰੰਥ ਸਾਹਿਬ ਹੈ ਭਾਈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹੀ ਵੀ ਆਖਿਆ ਹੈ ਨਾ ਵੀ ਵਾਹਿਗੁਰੂ ਇੱਕੋ ਹੀ ਹੈ, ਸਭ ਦੇ ਵਿੱਚ ਹੈ ਅਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ, ਗੁਰੂ ਦੀ ਕਿਰਪਾ ਨਾਲ ਹੀ ਸਭ ਕੁਝ ਮਿਲਦਾ ਹੈ, ਗੁਰਬਾਣੀ ਇਹੀ ਸਮਝਾ ਰਹੀ ਹੈ। ਅਤੇ ਉਹ ਕਲਗੀਧਰ ਮਹਾਰਾਜ ਨੇ ਥਾਪੜਾ ਦਿੱਤਾ ਵੀ ਵਾਹ ਗੁਰਸਿੱਖਾ ਸਮਝ ਗਿਆ ਵੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹੀ ਸਾਰਾ ਗੁਰੂ ਗ੍ਰੰਥ ਸਾਹਿਬ ਉਪਦੇਸ਼ ਕਰਦਾ ਹੈ। ਅਤੇ ਸਾਧ ਸੰਗਤ, ਸਤਿਗੁਰੂ ਮਹਾਰਾਜ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਤਾਂ ਉਹਦੀ ਕਿਰਪਾ ਦੇ ਵਿੱਚ ਹੀ ਸਭ ਕੁਝ ਹੈ। ਕਿਰਪਾ ਹੁੰਦੀ ਹੈ ਜਦੋਂ ਹੁਕਮ ਮੰਨੀਏ, ਕਿਉਂਕਿ ਦੋ ਗੱਲਾਂ ਨਹੀਂ ਹੋ ਸਕਦੀਆਂ ਜੋ ਆਪਾਂ ਅੱਜ ਕੱਲ੍ਹ ਚਾਹੁੰਦੇ ਹਾਂ। ਜਿਵੇਂ ਆਪਣੇ ਸੁਭਾਅ ਕੀ ਹੈ ਵੀ ਅਸੀਂ ਆਨੇ ਵੀ ਡਾਕਟਰ ਦਵਾਈ ਦੇਵੇ, ਠੀਕ ਵੀ ਹੋ ਜਾਈਏ, ਅਤੇ ਜੇ ਕੋਈ ਉਹ ਪਥ ਕੁ ਪਥ ਦੱਸੇ, ਪਥ ਕੁ ਪਥ ਕਹਿੰਦੇ ਨੇ ਪਰਹੇਜ਼, ਵੀ ਕੋਈ ਰੋਗ ਹੁੰਦਾ ਨਾ ਜਦੋਂ ਤਾਂ ਦੋ ਚੀਜ਼ਾਂ ਡਾਕਟਰ ਦੱਸਦੇ ਨੇ, ਇੱਕ ਹੁੰਦਾ ਪਥ, ਇੱਕ ਹੁੰਦਾ ਕਪਥ। ਪਥ ਉਹ ਹੁੰਦਾ ਵੀ ਇਹ ਰੋਗ ਨੂੰ ਦੂਰ ਕਰਨ ਲਈ ਜਿਹੜੀਆਂ ਨਾਲ ਹੋਰ ਦਵਾਈ ਦੇ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ, ਅਤੇ ਇਹ ਰੋਗ ਨੂੰ ਦੂਰ ਕਰਨ ਲਈ ਜਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਉਹ ਕਪਥ ਹੁੰਦਾ ਹੈ। ਜਿਵੇਂ ਕਿਸੇ ਦਾ ਸਾਧ ਸੰਗਤ ਸਰੀਰ 'ਚ ਕਮਜ਼ੋਰੀ ਆਵੇ, ਡਾਕਟਰ ਦਵਾਈ ਤਾਂ ਦਿੰਦਾ ਹੀ ਹੈ, ਨਾਲ ਕਹਿੰਦਾ ਵੀ ਫਲ ਖਾਵੀਂ, ਜੂਸ ਪੀਵੀਂ, ਇਹ ਪਥ ਹੁੰਦਾ ਹੈ। ਅਤੇ ਨਾਲ ਇਹ ਵੀ ਕਹਿ ਦਿੰਦਾ ਵੀ ਉਹ ਫਲਾਨੀ ਵਸਤੂ ਨਾ ਖਾਈਂ, ਖੱਟਾ ਤਲਾ ਨਾ ਖਾਈਂ, ਇੱਕ ਪਥ ਹੁੰਦਾ ਹੈ। ਅਸੀਂ ਚਾਹੁੰਦੇ ਹਾਂ ਵੀ ਦਵਾਈ ਵੀ ਮਿਲ ਜਾਵੇ ਅਤੇ ਅਸੀਂ ਪਥ ਅਤੇ ਕੁਪਥ ਇਹ ਨਾ ਮੰਨੀਏ, ਭਾਵ ਜਿਹੜੀਆਂ ਚੀਜ਼ਾਂ ਕਰਨੀਆਂ ਨੇ ਉਹ ਵੀ ਅਸੀਂ ਕਰੀਏ ਨਾ, ਜਿਹੜੀਆਂ ਨਹੀਂ ਕਰਨੀਆਂ ਉਹ ਚੀਜ਼ਾਂ ਕਰਨੋਂ ਵੀ ਅਸੀਂ ਨਾ ਹਟੀਏ। ਇਸੇ ਪ੍ਰਕਾਰ ਆਰਾਮ ਕਿਵੇਂ ਆਊਗਾ, ਇਲਾਜ ਨਹੀਂ ਹੋ ਸਕਦਾ। ਅਤੇ ਸਤਿਗੁਰੂ ਵੀ ਸਾਨੂੰ ਸਾਧ ਸੰਗਤ ਸਾਡੇ ਹਉਮੈ ਦੇ ਜੰਮਣ ਮਰਨ ਦੇ ਰੋਗ ਕੱਟਣ ਲਈ ਪਥ ਅਤੇ ਕੁਪਥ ਦੱਸਦੇ ਨੇ। ਪਥ ਦੱਸਦੇ ਨੇ, ਪਥ ਇਹ ਕੀ ਹੈ ਵੀ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਾਜ ਕੇਵਲ ਨਾਮ, ਨਾਮ ਜਪ ਅੰਮ੍ਰਿਤ ਵੇਲੇ ਉੱਠ। ਇਹ ਸਹਾਈ ਹੁੰਦੇ ਨੇ, ਕੰਮ ਕਰਨਾ ਕਿਹੜਾ ਨਹੀਂ ਹੈ। ਕਹਿੰਦੇ ਵੀ ਨਿੰਦਾ ਚੁਗਲੀ, ਈਰਖਾ ਦਵੈਸ਼, ਵਿਸ਼ੇ ਭੋਗਣੇ, ਚੋਰੀ ਯਾਰੀ ਠੱਗੀ, ਇਹਨਾਂ ਤੋਂ ਬਚ ਕੇ ਰਹਿਣਾ ਹੈ ਤਾਂ ਫਿਰ ਇਹ ਰੋਗ ਦੂਰ ਹੁੰਦੇ ਹਨ। ਇਹ ਸਤਿਗੁਰੂ ਮਹਾਰਾਜ ਦਾ ਇਹ ਵਚਨ ਤਾਂ ਅਸੀਂ ਕਹਿੰਦੇ ਹਾਂ ਵੀ ਮੰਨੀਏ ਨਾ, ਅਤੇ ਉਹ ਸਾਨੂੰ ਸਭ ਕੁਝ ਮਿਲੇ ਨਹੀਂ ਹੋ ਸਕਦਾ। ਕਰ ਕਿਰਪਾ, ਕਿਰਪਾ ਕਰਕੇ ਹੀ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਦੇ ਵਾਹਿਗੁਰੂ ਪ੍ਰਸੰਨ ਹੋਇਆ ਹੈ ਪ੍ਰਭ ਮੇਲੇ, ਉਹ ਪ੍ਰਭੂ ਨੇ ਗੁਰਮੁਖ ਆਪਣੇ ਨਾਲ ਮੇਲ ਲਏ ਨੇ ਗੁਰਾਂ ਦੁਆਰਾ। ਹਰ ਗੁਣ ਗਾਵੋ ਸਦਾ ਸੁਭਾਈ, ਸਤਿਗੁਰੂ ਮਹਾਰਾਜ ਕਹਿੰਦੇ ਗੁਰਮੁਖੋ ਜੇ ਤੁਸੀਂ ਵੀ ਚਾਹੁੰਦੇ ਹੋ ਨਾ ਤਾਂ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਇਉਂ ਕਰੋ ਵੀ ਹਰ ਹਰੀ ਪਰਮੇਸ਼ਰ ਜੋ ਹੈ ਗੁਣ, ਉਹਦੇ ਜਿਹੜੇ ਗੁਣ ਹਨ, ਗੁਣ ਮਹਾਰਾਜ ਸਾਹਿਬ ਦੇ ਬੇਅੰਤੀ ਨੇ। ਅਕਾਲ ਪੁਰਖ ਦੇ ਗੁਣਾਂ ਦਾ, ਗੁਣ ਦਾ ਅਰਥ ਹੁੰਦਾ ਪਰ ਉਪਕਾਰ। ਵਾਹਿਗੁਰੂ ਦੇ ਜੋ ਗੁਣ ਹਨ ਸਾਡੇ ਦੇ ਉਪਕਾਰ ਨੇ, ਉਹ ਕਿੱਥੇ ਅਸੀਂ ਪੂਰੇ ਕਹਿ ਸਕਦੇ ਹਾਂ, ਪਰ ਵੱਧ ਤੋਂ ਵੱਧ ਵੀ ਮਹਾਰਾਜ ਸਾਹਿਬ ਇਹ ਭੋਜਨ ਛਕ ਰਹੇ ਹਾਂ, ਮੂੰਹ 'ਚ ਬੁਰਕੀ ਪਾਉਣ ਲੱਗੇ ਹਾਂ, ਸ਼ੁਕਰਾਨਾ ਕਰੋ ਵੀ ਤੂੰ ਦਾਤਾ ਦਾ ਤਾਰ, ਤੇਰਾ ਦਿੱਤਾ ਖਾਵਣਾ, ਮਹਾਰਾਜ ਤੇਰਾ ਹੀ ਦਿੱਤਾ ਖਾਣ ਲੱਗੇ ਹਾਂ। ਜਲ ਛਕਦੇ ਸਮੇਂ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰੋ। ਕੋਈ ਵੀ ਭੋਜਨ ਮਿਲੇ, ਵਸਤਰ ਪਹਿਨੋ ਨਵਾਂ,
ਆਖੋ ਮਹਾਰਾਜ ਤੂੰ ਹੀ ਪੱਤ ਢੱਕਣ ਵਾਸਤੇ ਬਖਸ਼ਿਆ ਹੈ, ਹਰ ਇੱਕ ਚੀਜ਼ ਵਿੱਚ ਸ਼ੁਕਰਾਨਾ ਕਰੋ ਉਸਦਾ, ਉਹਦੇ ਇਹ ਗੁਣ ਗਾਓ, ਹਰ ਗੁਣ ਗਾਵੋ ਸਦਾ ਸੁਭਾਈ। ਮਹਾਰਾਜ ਕਹਿੰਦੇ ਵੀ ਸਦਾ ਹੀ ਨਾ ਸੁਭਾਈ ਕੀ ਆ, ਸੁਭਾਵਕ ਹੀ, ਸੁਭਾਵਕ ਉਹ ਕੰਮ ਹੁੰਦਾ ਜਿਹੜੀ ਸਾਡੀ ਆਦਤ ਹੋਵੇ, ਆਦਤ ਹੀ ਬਣਾ ਲਓ ਵਾਹਿਗੁਰੂ ਦੇ ਗੁਣ ਗਾਉਣ ਦੀ। ਆਦਤਾਂ ਜਿਹੜੀਆਂ ਨੇ ਐਸੀਆਂ ਬਣਾਓ ਵੀ ਪਰਮੇਸ਼ਰ ਦੇ ਗੁਣ ਗਾਓ, ਜਦੋਂ ਵੀ ਜਦੋਂ ਕੋਈ ਗੱਲ ਚੱਲੇ ਉਦੋਂ ਵਾਹਿਗੁਰੂ ਦੀ ਚੱਲੇ। ਸਾਧ ਸੰਗਤ ਹਰ ਇੱਕ ਕੋਲੋਂ ਗੁਣ ਲੈਣਾ ਚਾਹੀਦਾ। ਮੁਸਲਮਾਨ ਜਿਹੜੇ ਨੇ ਉਹ ਭਾਵੇਂ ਉਹ ਧਰਮ ਦੇ ਨਾਲ ਜੁੜੇ ਹੋਣ, ਮੁਸਲਮਾਨਾਂ 'ਚ ਭਾਵੇਂ ਉਹ ਧਰਮ ਨਾਲ ਨਹੀਂ ਵੀ ਬਹੁਤਾ ਜੁੜੇ ਅਤੇ ਹੋਰ ਕੰਮਾਂ 'ਚ ਲੱਗੇ ਨੇ, ਪਰ ਜਦੋਂ ਵੀ ਉਹ ਕੋਈ ਗੱਲ ਕਰਦੇ ਨੇ, ਉਹ ਗੱਲ ਸ਼ੁਰੂ ਕਰਨ ਲੱਗੇ ਹਾਂ, ਕੋਈ ਉਹਨਾਂ ਨੂੰ ਮਾਣ ਮਿਲੇ, ਸਨਮਾਨ ਮਿਲੇ, ਤਾਂ ਉਹ ਖੁਦਾ ਦੇ ਨਾਮ ਤੋਂ, ਅੱਲਾਹ ਦੇ ਨਾਮ ਤੋਂ ਗੱਲ ਸ਼ੁਰੂ ਕਰਦੇ ਹਨ। ਇਹੋ ਜਿਹਾ ਗੁਣ ਸਾਡੇ ਅੰਦਰ ਵੀ ਹੋਣਾ ਚਾਹੀਦਾ। ਅਸੀਂ ਮੈਂ ਤੋਂ ਮੈਂ ਆਹ ਕਰ ਲਿਆ, ਮੇਰੀ ਮਿਹਨਤ, ਮੈਂ ਮੇਰੀ ਪੜ੍ਹਾਈ, ਬਸ ਮੈਂ ਹੀ ਕਰਦੇ ਹਾਂ। ਪਰਮੇਸ਼ੁਰ ਦਾ ਸ਼ੁਕਰਾਨਾ ਕਰਨਾ ਚਾਹੀਦਾ ਵੀ ਉਸ ਵਾਹਿਗੁਰੂ ਦਾ ਹੀ ਆ ਸਾਰਾ ਕੁਝ। ਸੁਭਾਈ, ਸੁਭਾਵਕ ਹੀ ਆਪਣੀ ਆਦਤ ਬਣਾ ਲਓ ਵੀ ਅਸੀਂ ਗੁਣ ਹੀ ਗਾਉਣੇ ਨੇ, ਜਦੋਂ ਕੁਝ ਕਰੋ ਆਉਂਦਿਆਂ ਜਾਂਦਿਆਂ ਵਾਹਿਗੁਰੂ ਚੇਤੇ ਆਵੇ, ਜਾਂ ਸੁਭਾਈ ਦਾ ਅਰਥ ਇਹ ਵੀ ਕਰਦੇ ਸੋ ਭਾਈ ਸੋ ਸ੍ਰੇਸ਼ਟ ਭਾਈ ਭਾਵਣਾ ਭਾਵ ਪ੍ਰੇਮ, ਕਹਿੰਦੇ ਵੀ ਚੰਗੇ ਬਹੁਤ ਜ਼ਿਆਦਾ ਸ੍ਰੇਸ਼ਟ ਪ੍ਰੇਮ ਦੇ ਦੁਆਰਾ ਸਦਾ ਸਦਾ ਜਿੰਨਾ ਚਿਰ ਸਾਹ ਚੱਲਦੇ ਨੇ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੀਏ। ਮਨ ਚੰਦੇ ਸਗਲੇ ਫਲ ਪਾਵਹੁ, ਲਾਭ ਵੀ ਨਾਲ ਅਸੀਂ ਪੁੱਛਦੇ ਹਾਂ ਮਹਾਰਾਜ ਲਾਭ ਕੀ ਹੋਵੇਗਾ, ਕਹਿੰਦੇ ਮਨ ਚੰਦੇ, ਜਿਹੜੇ ਵੀ ਤੂੰ ਮਨ ਇੱਛਤ ਫਲ ਨੇ ਨਾ, ਜੋ ਤੂੰ ਭਾਵਨਾ ਕਰਕੇ ਆਇਆ ਹੈ ਮਹਾਰਾਜ ਦੇ ਦਰ 'ਤੇ, ਸਗਲੇ ਫਲ ਪਾਵੋ, ਸਾਰੇ ਹੀ ਧਰਮ ਅਰਥ ਕਾਮ ਮੋਖ ਇਹ ਫਲ ਪ੍ਰਾਪਤ ਕਰ ਲਏਗਾ, ਤੇਰਾ ਧਰਮ ਵੀ ਨਿਭ ਜਾਵੇਗਾ, ਤੇਰੀਆਂ ਘਰ ਦੀਆਂ ਲੋੜਾਂ ਵੀ ਪੂਰੀਆਂ ਹੋ ਜਾਣਗੀਆਂ, ਤੈਨੂੰ ਮੁਕਤੀ ਵੀ ਮਿਲੇਗੀ ਅਤੇ ਤੇਰੀਆਂ ਕਾਮਨਾਵਾਂ ਵੀ ਪੂਰੀਆਂ ਹੋਣਗੀਆਂ। ਇਹ ਸਾਰੇ ਹੀ ਫਲ ਮਹਾਰਾਜ ਕਹਿੰਦੇ ਪ੍ਰਾਪਤ ਕਰੇਗਾ, ਭਾਵ ਧਰਮ ਵੀ ਨਿਭ ਜਾਵੇਗਾ ਅਤੇ ਦੁਨੀਆਦਾਰੀ ਵੀ। ਜ਼ਿਆਦਾਤਰ ਕੀ ਹੁੰਦਾ ਵੀ ਜਾਂ ਤਾਂ ਜਿਵੇਂ ਯੋਗੀ ਆਦਿਕ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਜਾ ਕੇ ਸੁਮੇਰ ਪਰਬਤ ਤੋਂ ਸਿੱਧਾ ਨੂੰ ਥੱਲੇ ਲਿਆਂਦਾ, ਉਹ ਕੇਵਲ ਜਿਹੜੇ ਸਨ ਧਰਮ ਦੇ ਨਾਂ 'ਤੇ ਸੰਸਾਰ ਛੱਡ ਬੈਠੇ ਸੀ, ਉਹ ਧਰਮ ਦੇ ਨਾਮ ਦੇ ਉੱਤੇ ਦੁਨੀਆ ਨੂੰ ਛੱਡ ਗਏ। ਅਤੇ ਇਸੇ ਤਰ੍ਹਾਂ ਜਿਹੜੇ ਗ੍ਰਿਸਤੀ ਨੇ ਉਹ ਗ੍ਰਿਸਤ ਦੇ ਨਾਂ 'ਤੇ ਧਰਮ ਛੱਡੀ ਬੈਠੇ ਨੇ ਵੀ ਅਸੀਂ ਨਿਆਣੇ ਵੀ ਪਾਲਣੇ ਆ ਕਿ ਹੁਣ ਗੁਣ ਗਾਈਏ ਰੱਬ ਦਾ ਨਾਂ ਜਪੀਏ। ਸਤਿਗੁਰੂ ਮਹਾਰਾਜ ਨੇ ਉਹਨਾਂ ਦੋਵਾਂ ਦਾ ਹੀ ਸੁਮੇਲ ਕਰਾ ਦਿੱਤਾ, ਰਾਜ ਯੋਗ ਮਹਾਰਾਜ ਨੇ ਬਣਾ ਤਾ ਵੀ ਗ੍ਰਿਸਤ 'ਚ ਰਹਿੰਦੇ ਹਾਂ ਵਾਹਿਗੁਰੂ ਨਾਲ ਜੁੜੇ ਰਹੋ। ਇਸ ਪ੍ਰਕਾਰ ਇਹ ਸਾਰੇ ਫਲ ਹੈ ਵੀ ਗ੍ਰਿਸਤ 'ਚ ਵੀ ਰਹੋਗੇ, ਪਰਿਵਾਰ ਦਾ ਵੀ ਕਾਰਜ ਚੱਲਦਾ ਰਹੇਗਾ ਅਤੇ ਧਰਮ ਵੀ ਤੁਹਾਡਾ ਨਿਭ ਜਾਵੇਗਾ ਭਾਈ, ਮੁਕਤੀ ਵੀ ਤੁਹਾਨੂੰ, ਜੀਵਨ ਮੁਕਤੀ, ਜੰਮਣ ਮਰਨ ਤੋਂ ਮੁਕਤੀ ਇਹ ਵੀ ਮਿਲ ਜਾਵੇਗੀ। ਇਸ ਕਰਕੇ ਮਨ ਜਿੰਦੇ ਸਗਲੇ ਫਲ ਪਾਵੋ, ਮਨ ਇਸ਼ਤ ਸਾਰੇ ਫਲ ਪ੍ਰਾਪਤ ਕਰੋਗੇ। ਜੀ ਕੈ ਸੰਗ ਸਹਾਈ, ਉਹ ਜੋ ਪਰਮੇਸ਼ਰ ਹੈ ਅਕਾਲ ਪੁਰਖ, ਉਹ ਤੁਹਾਡੀ ਜੀ ਜਿੰਦ ਜਾਣ ਦੇ ਨਾਲ ਵੀ ਸਦਾ ਹੀ ਸਹਾਈ ਸਹਾਇਤਾ ਕਰੇਗਾ, ਜਮਾਂ ਦੀ ਮਾਰ ਤੋਂ ਬਚਾ ਕੇ ਰੱਖੇਗਾ। ਮਹਾਰਾਜ ਸਾਹਿਬ ਕਹਿੰਦੇ ਕਿਸੇ ਪ੍ਰਕਾਰ ਦੇ ਨਾਲ ਕਾਮ ਆਦਿਕ ਦਾ ਜ਼ੋਰ ਤੁਹਾਡੇ 'ਤੇ ਨਹੀਂ ਆਉਣ ਦੇਵੇਗਾ। ਜਦੋਂ ਕਲਗੀਧਰ ਮਹਾਰਾਜ ਨੇ ਜਿਵੇਂ ਹੁਸ਼ਿਆਰਪੁਰ ਦੇ ਵਿੱਚ ਰਾਤ ਆਉਂਦੇ ਸਮੇਂ ਭਾਈ ਜੋਗਾ ਸਿੰਘ ਜੀ ਨੂੰ ਠਹਿਰਨਾ ਪਿਆ, ਵੇਖੋ ਬਚਨ ਐਸਾ ਮੰਨਿਆ ਸਿੱਖ ਨੇ ਵੀ ਇੱਕ ਲਾਂ ਵਿਚਾਲਿਓ ਹੀ ਛੱਡ ਕੇ ਆ ਗਿਆ, ਪਰ ਹੁਸ਼ਿਆਰਪੁਰ ਆ ਕੇ ਪਰਖ ਹੋਈ ਤਾਂ ਡੋਲ ਗਿਆ।
ਇੱਕ ਨਾਚ ਕਰਨ ਵਾਲੀ ਦਾ ਨਾਚ ਵੇਖਣ ਚੁਬਾਰੇ 'ਤੇ ਚੜ੍ਹ ਲੱਗਾ ਤਾਂ ਅੱਗੇ ਉਹਨੂੰ ਇਉਂ ਜਾਪਿਆ ਵੀ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਰਸਾ ਲੈ ਕੇ ਪਹਿਰੇਦਾਰ ਬਣ ਕੇ ਖੜ੍ਹੇ ਹਨ। ਵਾਪਸ ਮੁੜ ਆਇਆ ਸਤਿਗੁਰੂ ਮਹਾਰਾਜ ਦਾ ਸਰੂਪ ਵੇਖ ਕਰਕੇ ਅਤੇ ਉੱਥੇ ਕਲਗੀਧਰ ਸਾਹਿਬ ਨੇ ਰੱਖਿਆ ਕੀਤੀ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਸਾਰੀ ਰਾਤ ਚੌਂਕੀਦਾਰਾ ਕੀਤਾ ਮਹਾਰਾਜ ਨੇ, ਸਿੱਖ ਡੋਲਣ ਨਹੀਂ ਦਿੱਤਾ, ਬਚਾ ਲਿਆ ਮਹਾਰਾਜ ਸਾਹਿਬ ਨੇ, ਪਾਪ ਨਹੀਂ ਮਹਾਰਾਜ ਨੇ ਭੋਗਣ ਦਿੱਤਾ। ਸੋ ਇਸ ਪ੍ਰਕਾਰ ਮਹਾਰਾਜ ਆਪ ਸਹਾਈ ਹੁੰਦੇ ਨੇ ਜੀਵਾਂ ਦੇ ਜਿੰਦ ਦੇ ਨਾਲ, ਉਹ ਵਾਹਿਗੁਰੂ ਜਿੰਦ ਦਾ ਸਾਥੀ ਹੈ, ਨਾਮ ਸਹਾਇਤਾ ਕਰੇਗਾ, ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਠਹਿਰਾਓ ਦੇ ਕੇ ਬਖਸ਼ਿਸ਼ ਕਰਦੇ ਨੇ। ਜੋ ਵਿਸ਼ਰਾਮ ਦਾ ਭਾਵ ਹੈ ਵੀ ਗੁਰਸਿੱਖਾਂ ਇਹ ਜੋ ਬਚਨ ਪੜ੍ਹ ਰਹੇ ਹਾਂ ਇਹਨਾਂ ਨੂੰ ਵਿਚਾਰ ਜਾਂ ਰਹਾਓ ਨੂੰ ਕੇਂਦਰੀ ਭਾਵ ਵੀ ਕਹਿੰਦੇ ਹਨ। ਨਾਰਾਇਣ ਪ੍ਰਾਣ ਅਧਾਰਾ, ਨਾਰਾਇਣ ਕਈ ਨਰਾਇਣੀ ਪਾਠ ਕਰਦੇ ਨੇ, ਇਹ ਦੋ ਕੰਨੇ ਹਨ, ਨਾਰਾਇਣ ਇਹ ਧਿਆਨ ਰੱਖਣਾ ਵੀ ਜੋ ਨਾਰਾਇਣ ਪਰਮੇਸ਼ਰ ਹੈ, ਨਾ ਨਹੀਂ ਹੈ ਜਿਹਦੇ ਵਿੱਚ ਰਾਇਣ ਅਵਿਦਿਆ ਰੂਪੀ ਰਾਇਣ ਰਾਤ, ਜੋ ਸਾਰੇ ਹੀ ਨਰਾਂ ਦੇ ਵਿੱਚ ਆਇਣ ਆਇਆ ਹੋਇਆ ਜਿਹਦਾ ਘਰ ਹੈ ਸਾਰਿਆਂ 'ਚ ਭਾਵ ਜੋ ਵਿਆਪਕ ਹੈ, ਪ੍ਰਾਣ ਅਧਾਰਾ ਉਹ ਪਰਮੇਸ਼ਰ ਸਭ ਦੇ ਪ੍ਰਾਣਾਂ ਦਾ ਅਧਾਰਾ ਆਸਰਾ ਹੈ, ਉਹਦੇ ਆਸਰੇ ਸਭ ਜੀਵਾਂ ਦੇ ਸਵਾਸ ਪੰਜਵੇਂ ਪਾਤਸ਼ਾਹ ਕਹਿੰਦੇ ਚੱਲਦੇ ਹਨ। ਹਮ ਸੰਤ ਜਨਾ ਰੇ ਨਾਰਾ, ਅਤੇ ਜਿਹੜੇ ਮਹਾਂਪੁਰਖਾਂ ਨੇ ਇਹ ਭਰੋਸਾ ਕਰਕੇ ਵਾਹਿਗੁਰੂ ਦੇ ਨਾਲ ਪ੍ਰੇਮ ਲਾਇਆ ਹੈ, ਉਸ ਨੂੰ ਆਪਣੇ ਪ੍ਰਾਣਾਂ ਦਾ ਜਿੰਦ ਜਾਣ ਦਾ ਆਸਰਾ ਸਮਝਿਆ ਏ, ਉਹ ਸੰਤ ਮਹਾਂਪੁਰਖਾਂ ਦੇ ਸਾਹਿਬ ਜੀ ਕਹਿੰਦੇ ਵੀ ਅਸੀਂ ਚਰਨਾਂ ਦੀ ਰੇਣ ਧੂੜੀ ਹਾਂ, ਉਹਨਾਂ ਦੀ ਧੂੜੀ ਵਿੱਚ ਹੀ ਅਸੀਂ ਜੋ ਲੁੜੰਦੜੇ ਲੁੜੰਦੜੀ ਧੂੜੀ ਵਿੱਚ ਲੁੜੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ, ਵੀ ਉਹਨਾਂ ਦੇ ਚਰਨਾਂ ਦੀ ਧੂੜੀ ਦੇ ਵਿੱਚ ਹੀ ਅਸੀਂ ਜੋ ਨਾ ਸ਼ੋਭਦੇ ਹਾਂ, ਜਿਨ੍ਹਾਂ ਸੰਤਾਂ ਨੇ ਰੱਬ ਨੂੰ ਆਪਣਾ ਆਸਰਾ ਮੰਨ ਲਿਆ। ਵੇਖੋ ਪੰਜਵੇਂ ਪਾਤਸ਼ਾਹ ਨੇ ਜਿੱਥੇ ਸਿੱਖ ਦੇ ਨਿਤਨੇਮ ਦੀ ਸਮਾਪਤੀ ਹੁੰਦੀ ਉੱਥੇ ਵੀ ਇਹ ਬਚਨਾਂ ਤੋਂ ਸਮਾਪਤੀ ਕੀਤੀ ਨਾ, ਵੀ ਅੰਤਰ ਜਾਮੀ ਪੁਰਖ ਵਿਧਾਤੈ ਸਰਦਾ ਮਨ ਕੀ ਪੂਰੈ ਨਾਨਕ ਦਾਸ, ਇਹ ਸੁੱਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ, ਵੀ ਸੰਤਾਂ ਦੀ ਧੂੜ ਬਖਸ਼ਦੇ ਪਾਤਸ਼ਾਹ, ਮਹਾਂਪੁਰਖਾਂ ਦੀ ਸੰਗਤ ਬਖਸ਼ਦੇ। ਇਹੀ ਬਚਨ ਸਾਹਿਬ ਦ੍ਰਿੜ ਕਰਾ ਰਹੇ ਨੇ, ਹਮ ਸੰਤ ਜਨਾ ਰੇ ਨਾਰਾ, ਵੀ ਹਮ ਅਸੀਂ ਉਹਨਾਂ ਮਹਾਂਪੁਰਖਾਂ ਦੀ ਜਿਨ੍ਹਾਂ ਨੇ ਰੱਬ ਨੂੰ ਆਪਣਾ ਆਸਰਾ ਮੰਨ ਲਿਆ ਹੈ। ਇੱਕ ਤਾਂ ਇਹ ਬਚਨ ਹੈ ਨਾ ਵੀ ਵਾਹਿਗੁਰੂ ਸਾਰਿਆਂ ਦਾ ਆਸਰਾ ਹੈ, ਇਹਦਾ ਗਿਆਨ ਹੋ ਗਿਆ, ਪਰ ਇੱਕ ਮੰਨਣਾ ਹੁੰਦਾ ਹੈ ਅੱਗੇ ਜਾ ਕੇ, ਉਹ ਸੰਤਾਂ ਨੇ ਹੀ ਮੰਨਿਆ, ਅਸੀਂ ਤਾਂ ਕਹਿੰਦੇ ਵੀ ਅਸੀਂ ਆਪ ਹੀ ਸਭ ਕੁਝ ਕਰਦੇ ਹਾਂ, ਜਿਨ੍ਹਾਂ ਮੰਨ ਲਿਆ ਹੈ ਉਹਨਾਂ ਦੇ ਚਰਨਾਂ ਦੀ ਅਸੀਂ ਧੂੜੀ ਹਾਂ। ਪੰਜਵੇਂ ਪਾਤਸ਼ਾਹ ਕਹਿੰਦੇ ਪਤਤ ਪੁਨੀਤ ਕਾਲ ਲੀਨੇ, ਜਿਸ ਵਾਹਿਗੁਰੂ ਨੇ ਜਿਹੜੇ ਪਤਤ, ਪਤਤ ਹੋਣਾ ਕੀ ਹੁੰਦਾ ਹੈ ਵੀ ਠਾਂ ਨੂੰ ਡਿੱਗਣਾ, ਗਰਾਵੜ ਦੇ ਵਿੱਚ ਜਾਣਾ, ਜਿਹੜੇ ਪਤਤ ਗਰਕੇ ਹੋਏ ਜੀਵਨ ਵਾਲੇ ਸਨ, ਜਿਹੜੇ ਪਤਤ ਬੇਮੁੱਖ ਹੋਏ ਸਨ, ਜਿਹੜੇ ਪਾਪੀ ਸਨ, ਪੁਨੀਤ ਕਾਲ ਲੀਨੇ, ਜਿਸ ਵਾਹਿਗੁਰੂ ਨੇ ਆਪਣੇ ਨਾਮ ਦੇ ਦੁਆਰਾ ਪਾਪੀ ਵੀ ਪਵਿੱਤਰ ਕਰ ਲਏ, ਅਜਾਮਲ ਵਰਗੇ ਪਾਪੀ ਸਨ, ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ, ਇੱਕ ਨਿਮਖ ਜੀ ਨਾਮ ਜਪਾ ਕੇ ਮਹਾਰਾਜ ਨੇ ਮੁਕਤ ਕਰਾ ਦਿੱਤਾ। ਜਿਸ ਵਾਹਿਗੁਰੂ ਨੇ ਪਾਪੀ ਪੁਰਖ ਵੀ ਆਪਣੇ ਨਾਮ ਨੂੰ ਜਪਾ ਕਰਕੇ ਪੁਨੀਤ ਕਰ ਲੀਨੇ, ਪਵਿੱਤਰ ਕਰ ਲਏ, ਜਿਸ ਪਾਤਸ਼ਾਹ ਨੇ ਗਰਕੇ ਹੋਇਆਂ ਨੂੰ ਵੀ ਸੋਹਣਾ ਬਣਾ ਦਿੱਤਾ, ਮਨੂਰੋਂ ਕੰਚਨ
ਭਾਵ ਕਿ ਗਲੇ ਸੜੇ, ਲੋਹੇ ਤੋਂ ਵੀ ਕੰਚਨ ਸੋਨੇ ਅਰਗਾ ਸ਼ੁੱਧ ਜੀਵਨ ਬਣਾ ਦਿੱਤਾ। ਉਹ ਪਤਿਤ ਪਾਪੀਆਂ ਨੂੰ ਵੀ ਜਿਸ ਨੇ ਆਪਣੇ ਨਾਮ ਦੁਆਰਾ ਪਵਿੱਤਰ ਕਰ ਲਿਆ ਹੈ। ਸੱਜਣਾ ਠੱਗਾ ਸੱਜਣ ਅਰਗੇ ਜਿਹੜੇ ਠੱਗ ਸਨ ਉਹਨਾਂ ਨੂੰ ਸੱਜਣ ਸੰਤ ਬਣਾ ਦਿੱਤਾ। ਕੌਡੇ ਅਰਗੇ ਜਿਹੜੇ ਰਾਕਸ਼ਸ ਬਣੇ ਹੋਏ ਸਨ ਉਹ ਮਹਾਰਾਜ ਨੇ ਦੇਵਤੇ ਬਣਾ ਦਿੱਤੇ। ਭਾਈ ਭੂਮੀਆਂ ਜੀ ਵਰਗੇ ਜਿਹੜੇ ਚੋਰੀਆਂ ਕਰਦੇ ਸਨ ਉਹਨਾਂ ਨੂੰ ਮਹਾਰਾਜ ਨੇ ਬ੍ਰਹਮ ਗਿਆਨੀ ਬਣਾ ਦਿੱਤਾ। ਸੋ ਇਸ ਪ੍ਰਕਾਰ ਨਾਮ ਬਖਸ਼ ਕੇ ਸਤਿਗੁਰੂ ਸਾਹਿਬ ਜੀ ਨੇ ਅਨੇਕਾਂ ਹੀ ਨਿਹਾਲ ਕੀਤੇ ਹਨ। ਕਰ ਕਿਰਪਾ ਹਰ ਜਸ ਦੀਨੇ, ਕਹਿੰਦੇ ਉਸ ਹਰੀ ਪਰਮੇਸ਼ਰ ਨੇ ਜਿਸ ਦੇ ਨਾਮ ਨਾਲ ਜੀਵ ਪਵਿੱਤਰ ਹੁੰਦੇ ਨੇ, ਇਹਨੇ ਆਪ ਹੀ ਕਿਰਪਾ ਕਰਕੇ ਗੁਰਾਂ ਦੁਆਰਾ ਹਰ ਜਸ ਦੀਨੇ ਆਪਣੇ ਸੇਵਕਾਂ ਨੂੰ, ਗੁਰਮੁਖਾਂ ਨੂੰ ਗੁਰਾਂ ਦੁਆਰਾ ਹਰ ਨਾਮ ਦੁਆਰਾ ਪਰਮੇਸ਼ਰ ਦਾ ਜਸ ਕਰਨ ਦੀ ਦਾਤ ਦਾ ਦਾਨ ਦੇ ਦੇਣਾ ਕੀਤਾ ਹੈ। ਪਾਰ ਬ੍ਰਹਮ ਕਰੇ ਪ੍ਰਤਿਪਾਲਾ, ਪਾਰ ਕਹਿੰਦੇ ਨੇ ਪਾਪਾਂ ਦੇ ਪੁੰਨਾਂ ਤੋਂ ਪਰੇ, ਅਤੇ ਬ੍ਰਹਮ ਤੋਂ ਭਾਵ ਹੈ ਵਿਆਪਕ, ਵੀ ਮਾਲਕ ਸਾਰਿਆਂ 'ਚ ਸਾਡੇ ਅੰਦਰ ਹਰ ਥਾਂ 'ਤੇ ਵਿਆਪਕ ਹੈ। ਫਿਰ ਆਪਾਂ ਇਹ ਕਹਿ ਲਾਂਗੇ ਜੇ ਵਿਆਪਕ ਹੈ ਵੀ ਕੀ ਜਿਹੜਾ ਅਸੀਂ ਪਾਪ ਕਰਦੇ ਹਾਂ ਜਾਂ ਪੁੰਨ ਕਰਦੇ ਹਾਂ ਉਹਦੇ ਵਿੱਚ ਉਹ ਪਰਮੇਸ਼ੁਰ ਜਿਹੜਾ ਅੰਦਰ ਬੈਠਾ ਉਹ 'ਤੇ ਵੀ ਅਸਰ ਹੁੰਦਾ। ਤਾਂ ਮਹਾਰਾਜ ਕਹਿੰਦੇ ਨਹੀਂ ਵੀ ਉਹ ਪਾਰ ਪਰੇ ਹੈ, ਉਹ ਸਾਡੇ ਅੰਦਰ ਤਾਂ ਹੈ ਪਰ ਸਾਡੇ ਪਾਪਾਂ ਦੇ ਪੁੰਨਾਂ ਦੇ ਅਸਰ ਤੋਂ ਪ੍ਰਭਾਵ ਤੋਂ ਪਰੇ ਹੈ, ਉਹ ਲਪਾਏ ਮਾਰ ਨਹੀਂ ਆਉਂਦਾ। ਫਿਰ ਉਦਾਹਰਣ ਕਹਾਂਗੇ ਵੀ ਉਦਾਹਰਣ ਦੱਸ ਕੇ ਸਾਨੂੰ ਸਮਝਾਓ ਵੀ ਕਿਵੇਂ ਨਹੀਂ ਹੁੰਦਾ। ਜਿਵੇਂ ਸੂਰਜ ਦਾ ਪ੍ਰਕਾਸ਼ ਹੈ ਸਾਧ ਸੰਗਤ, ਸੂਰਜ ਦੀਆਂ ਜਿਹੜੀਆਂ ਕਿਰਨਾਂ ਹਨ ਇਹ ਵੇਖੋ ਵੀ ਚੰਗੇ ਥਾਂ 'ਤੇ ਵੀ ਪੈਂਦੀਆਂ ਨੇ, ਫੁੱਲਾਂ ਦੇ ਉੱਤੇ ਵੀ ਪੈਂਦੀਆਂ ਹਨ। ਸੂਰਜ ਦੀਆਂ ਜੋ ਕਿਰਨਾਂ ਹਨ ਇਹ ਗੰਦੇ ਪਾਣੀ 'ਤੇ ਵੀ ਪੈਂਦੀਆਂ ਨੇ, ਜਾਂ ਗੰਦੇ ਪਾਣੀ ਦੇ ਵਿੱਚ ਵੀ ਸੂਰਜ ਦਾ ਆਪਾਂ ਅਕਸ਼ ਵੇਖ ਸਕਦੇ ਹਾਂ। ਸ਼ੁੱਧ ਪਾਣੀ 'ਚ ਵੀ ਸੂਰਜ ਦਾ ਅਕਸ਼ ਦਿਖਦਾ ਹੈ, ਪਰ ਉਹ ਗੰਦਗੀ ਦੇ ਨਾਲ ਸੂਰਜ ਤਾਂ ਗੰਦਾ ਨਹੀਂ ਨਾ ਹੋ ਜਾਂਦਾ, ਉਹ ਵੱਖਰਾ ਹੀ ਰਹਿੰਦਾ, ਉਹ ਲਪਾਏ ਮਾਣ ਨਹੀਂ ਹੁੰਦਾ। ਇਵੇਂ ਉਹ ਪਰਮੇਸ਼ੁਰ ਜੋ ਹੈ, ਪਾਰ ਬ੍ਰਹਮ ਦਾ ਅਰਥ ਹੀ ਇਹ ਆ ਵੀ ਵਿਆਪਕ ਵੀ ਹੈ ਅਤੇ ਸਾਰਿਆਂ ਤੋਂ ਪਰਾ ਰੂਪ ਵੀ ਹੈ। ਜੰਮਦੇ ਅਸੀਂ ਹਾਂ, ਮਰਦੇ ਅਸੀਂ ਹਾਂ, ਉਹ ਜੰਮਣ ਮਰਨ ਤੋਂ ਰਹਿਤ ਹੈ। ਪਾਰ ਬ੍ਰਹਮ ਕਰੇ ਪ੍ਰਤਿਪਾਲਾ, ਪ੍ਰਤੀ ਹੁੰਦਾ ਸਭ ਦੇ, ਤਾਂ ਹੀ ਪਾਲਾ ਕਹਿੰਦੇ ਨੇ ਪਾਲਣਾ ਕਰਨੀ। ਪਾਰ ਬ੍ਰਹਮ ਪਰਮੇਸ਼ੁਰ ਸਾਰਿਆਂ ਦੇ ਤਾਂ ਹੀ ਪ੍ਰਤਿਪਾਲਣਾ ਕਰਦਾ ਹੈ, ਹਰ ਇੱਕ ਦੀ ਉਹ ਮਾਲਕ ਸਹਾਇਤਾ ਕਰਦਾ ਏ, ਸਭ ਨੂੰ ਰੋਜੀ ਦਿੰਦਾ ਏ, ਸਵਾਸ ਉਹਦੇ ਆਸਰੇ ਆਉਂਦੇ ਨੇ। ਜੇ ਆਪਾਂ ਆਖੀਏ ਅਸੀਂ ਮਿਹਨਤ ਕਰਦੇ ਹਾਂ ਵੀ ਮਿਹਨਤ ਕਰਨ ਨੂੰ ਸਰੀਰ ਉਹਨੇ ਦਿੱਤਾ, ਜੇ ਅੰਨ ਅਨਾਜ ਉਗਾਉਂਦੇ ਹਾਂ ਮਾਲਕ ਦੀ ਕਿਰਪਾ ਹੁੰਦੀ ਹੈ ਤਾਂ ਹੀ ਉੱਗਦਾ ਹੈ ਨਾ, ਜੇ ਉੱਗਣ ਹੀ ਨਾ ਦੇਵੇ ਫਿਰ ਕਿੱਥੇ ਉਗਾ ਲਾਂਗੇ ਆਪਾਂ। ਇਸ ਕਰਕੇ ਸਭ ਦੇ ਤਾਂ ਹੀ ਪ੍ਰਤਿਪਾਲਣਾ ਮਾਲਕ ਹੀ ਕਰਦਾ ਹੈ। ਸਦ ਜੀ ਸੰਗ ਰਖਵਾਲਾ, ਉਹ ਸਦਾ ਹੀ ਮਹਾਰਾਜ ਕਹਿੰਦੇ ਵੀ ਜੀਵਾਂ ਦੇ ਅੰਗ ਸੰਗ ਹੋ ਕੇ ਰਖਵਾਲਾ ਰੱਖਿਆ ਕਰਨ ਵਾਲਾ ਹੈ ਪਰਮੇਸ਼ੁਰ। ਹਰ ਦਿਨ ਰੈਨ ਕੀਰਤਨ ਗਾਈ ਹੈ, ਇਸ ਕਰਕੇ ਭਾਈ ਜੋ ਵਾਹਿਗੁਰੂ ਸਾਡਾ ਜਦੋਂ ਰਖਵਾਲਾ ਏ, ਦਿਨ ਰੈਨ ਰਾਤ ਦਿਨ ਇੱਕ ਰਸ, ਜਿੰਨਾ ਚਿਰ ਸਵਾਸ ਨੇ ਸਵਾਸ ਸਵਾਸ ਹਰ ਕਾਰਜ ਕਰਦੇ ਹਾਂ ਉਸ ਹਰੀ ਪਰਮੇਸ਼ੁਰ ਦੇ ਕੀਰਤਨ। ਕੀਰਤਨ ਇੱਕ ਤਾਂ ਜਿਵੇਂ ਵਾਜਿਆ ਨਾ ਕੀਤਾ ਜਾਂਦਾ, ਇਹਨੂੰ ਵੀ ਆਪਾਂ ਕੀਰਤਨ ਕਹਿੰਦੇ ਹਾਂ, ਇਹ ਮਰਿਆਦਾ ਹੈ ਪੰਥ ਦੀ। ਦੂਸਰਾ ਕੀਰਤਨ ਦਾ ਭਾਵ ਹੁੰਦਾ ਜਿਹੜਾ ਜਸ ਕਰਨਾ ਹੈ, ਉਹ ਵਾਜਿਆਂ ਤੋਂ ਬਗੈਰ ਹੋਵੇ ਵਾਜਿਆਂ ਦਾ ਨਾਲ ਹੋਵੇ ਉਹ ਫਰਕ ਨਹੀਂ ਪੈਂਦਾ, ਜਸ ਮਾਲਕ ਦਾ ਜਿਹੜਾ ਹੈ ਉਹ ਜਸ ਹੀ ਹੁੰਦਾ ਹੈ।
ਹਰ ਦਿਨ ਰਹਿਣ ਕੀਰਤਨ ਗਾਈਐ ਹਰੀ ਪਰਮੇਸ਼ਰ ਦਾ ਰਾਹ ਦਿਨ ਜਸ ਕਰਨ ਰੂਪੀ ਕੀਰਤਨ ਮਹਾਰਾਜ ਕਹਿੰਦੇ ਕਰਦੇ ਰਹੀਏ ਭਾਈ। ਬਹੁੜ ਨਾ ਜੋਨੀ ਪਾਈ ਹੈ, ਫਿਰ ਉਹ ਹਰ ਜਸ ਦਾ ਲਾਭ ਹੋਵੇਗਾ ਵੀ ਬਹੁੜ ਪੁਨਃ ਮੁੜ ਕਰਕੇ ਫਿਰ ਜੋਨੀ ਜੂਨੀਆਂ ਦੇ ਵਿੱਚ ਨਹੀਂ ਪਾਈਏ, ਪਵਾਂਗੇ ਜੰਮਣ ਮਰਨ ਦੇ ਵਿੱਚ 84 ਦੇ ਗੇੜੇ ਦੇ ਵਿੱਚ ਸਾਨੂੰ ਸਾਧ ਸੰਗਤ ਪੈਣਾ ਨਹੀਂ ਪਵੇਗਾ। ਉਹ ਮੁੜ ਕੇ ਜੂਨੀਆਂ 'ਚ ਨਹੀਂ ਪੈਂਦੇ ਜੋ ਹਰੀ ਦਾ ਜਸ ਕਰਦੇ ਹਨ। ਜਿਸ ਦੇਵ ਪੁਰਖ ਵਿਧਾਤਾ, ਵਿਧਾਤਾ ਹੁੰਦਾ ਇਹ ਜਿਹੜਾ ਸਾਧ ਸੰਗਤ ਕਰਮਾਂ ਦੇ ਅਨੁਸਾਰ ਫਲ ਪ੍ਰਦਾਤਾ, ਫਲ ਪ੍ਰਦਾਨ ਕਰਦਾ। ਜਿਹੋ ਜਿਹੇ ਸਾਡੇ ਕਰਮ ਨੇ ਉਹੋ ਜਿਹਾ ਸਾਨੂੰ ਫਲ ਭੁਗਤਾ ਦਿੰਦਾ ਜਾਂ ਵਿਧਾਤਾ ਕਹਿੰਦੇ ਨੇ ਸਿਰਜਣਹਾਰ ਨੂੰ। ਪੁਰਖ ਦਾ ਅਰਥ ਹੈ ਜੋ ਵਿਆਪਕ ਹੈ ਸਾਰਿਆਂ ਦੇ ਅੰਦਰ। ਤੂੰ ਨਾਮ ਨਰਕਾਂ ਦਾ ਹੈ, ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ ਜੋ ਹੈ ਉਹ ਕਹੀਏ ਪੁਰਖ ਪਰਮੇਸ਼ਰ। ਜਿਸ ਦੇਵ ਹੈ ਪੁਰਖ ਵਿਧਾਤਾ, ਜਿਸ ਨੂੰ ਵਿਆਪਕ ਸਿਰਜਣਹਾਰ ਪਰਮੇਸ਼ਰ ਆਪ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਾਂ ਦੁਆਰਾ ਨਾਮ ਦਾਨ ਬਖਸ਼ ਦਿੰਦਾ ਏ ਹਰ ਰਸ ਤਿੰਨ ਹੀ ਜਾਤਾ। ਉਹਨਾਂ ਜੀਵਾਂ ਲਈ ਹਰੀ ਦੇ ਨਾਮ ਦਾ ਜਿਹੜਾ ਰਸ ਆਨੰਦ ਹੈ ਨਾ ਉਹ ਜਾਤਾ ਜਾਣਿਆ ਇਹ ਦੂਸਰੇ ਕਿਵੇਂ ਸਮਝ ਸਕਦੇ ਹੈ। ਜਿੰਨੇ ਸਾਧ ਸੰਗਤ ਕੋਈ ਪਦਾਰਥ ਛਕਿਆ ਹੈ ਉਹਦਾ ਸਵਾਦ ਉਹਨੂੰ ਪਤਾ ਹੈ, ਪਰ ਉਹ ਸਵਾਦ ਦੱਸੇ ਜਾ ਸਕਦੇ ਨੇ। ਪਰ ਹਰੀ ਪਰਮੇਸ਼ਰ ਦੇ ਨਾਮ ਦਾ ਰਸ ਐਸਾ ਹੈ, ਕਹੋ ਕਬੀਰ ਗੁੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ। ਗੁੰਗਾ ਗੁੜ ਖਾ ਕੇ ਕੀ ਦੱਸ ਦੂਗਾ ਵੀ ਕਿੰਨਾ ਕੁ ਮਿੱਠਾ ਹੈ, ਉਹ ਬਸ ਮੁਸਕਰਾ ਸਕਦਾ ਹੈ ਅਤੇ ਉਹਦੀ ਮੁਸਕਰਾਹਟ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹਨੂੰ ਖੁਸ਼ੀ ਮਿਲੀ ਹੈ। ਕਿੰਨੀ ਕੁ ਖੁਸ਼ੀ ਮਿਲੀ ਹੈ ਉਹ ਬਿਆਨ ਨਹੀਂ ਹੋ ਸਕਦੀ। ਇਵੇਂ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੂੰ ਵਾਹਿਗੁਰੂ ਨੇ ਨਾਮ ਦਾ ਰਸ ਬਖਸ਼ ਦਿੱਤਾ ਹੈ ਉਹ ਹਰੀ ਦੇ ਨਾਮ ਦੇ ਰਸ ਨੂੰ ਉਹਨਾਂ ਨੇ ਜਾਣਿਆ ਜਿਨ੍ਹਾਂ ਨੇ ਅਨੁਭਵ ਕੀਤਾ ਹੈ, ਦੂਸਰੇ ਜਿਹੜੇ ਹਨ ਉਹ ਜਾਣ ਨਹੀਂ ਸਕਦੇ। ਜਮ ਕੰਕਰ ਨੇੜ ਨਾ ਆਇਆ, ਪੰਚਮ ਪਾਤਸ਼ਾਹ ਕਹਿੰਦੇ ਉਹਨਾਂ ਦੇ ਜਮ ਕੰਕਰ, ਜਮ ਕੀ ਹੈ ਜਮ ਰਾਜ, ਕੰਕਰ ਕੀ ਹੈ ਦਾਸ, ਜਮ ਰਾਜ ਧਰਮ ਰਾਜੇ ਦੇ ਜਿਹੜੇ ਦਾਸ ਕੰਕਰ ਸੇਵਕ ਨੇ ਜਿਵੇਂ ਅਜਰਾਈਲ, ਮੇਕਾਈਲ, ਨੇਕਾਈਲ ਆਦਿਕ, ਇਹ ਕਹਿੰਦੇ ਉਸ ਧਰਮ ਰਾਜੇ ਦੇ ਜਮ ਰਾਜ ਦੇ ਦਾਸ ਨੇੜ ਨਾ ਆਇਆ, ਨੇੜੇ ਨਹੀਂ ਆਉਂਦੇ ਫਿਰ ਉਹ ਨਾਮ ਜਪਣ ਵਾਲਿਆਂ ਦੇ। ਭਾਵ ਹੈ ਵੀ ਉਹਨਾਂ ਗੁਰਮੁਖਾਂ ਨੂੰ ਜਮਾਂ ਦੇ ਵਸ ਨਹੀਂ ਪੈਣਾ ਪੈਂਦਾ। ਪ੍ਰਤੱਖ ਕਾਮ ਕਰੋ ਲੋ ਮੋਹ ਹੰਕਾਰ ਰੂਪੀ ਜਿਹੜੇ ਜਮ ਹਨ ਇਹ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੇ। ਸੁਖ ਨਾਨਕ ਸਰਣੀ ਪਾਇਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਉਹਨਾਂ ਗੁਰਮੁਖਾਂ ਨੇ ਅਕਾਲ ਪੁਰਖ ਗੁਰਾਂ ਦੀ ਸਰਣੀ ਸਰਨ ਓੜ ਦੇ ਵਿੱਚ ਹੀ ਸੁੱਖ ਪਾਇਆ ਪਾਉਣਾ ਕੀਤਾ, ਕਿਉਂਕਿ ਗੁਰੂ ਦੀ ਸ਼ਰਨ ਦੇ ਵਿੱਚ ਹੀ ਸੁੱਖ ਹੈ, ਗੁਰੂ ਮਹਾਰਾਜ ਸਾਹਿਬ ਦੇ ਹਜ਼ੂਰ ਰਹਿਣ ਦੇ ਵਿੱਚ ਹੀ ਆਨੰਦ ਹੈ ਜਾਂ ਸੁੱਖ ਸਰੂਪ ਪਰਮੇਸ਼ਰ ਜੋ ਹੈ ਉਹਨਾਂ ਨੇ ਗੁਰਾਂ ਦੀ ਚਰਨ ਸ਼ਰਨ ਵਿੱਚ ਆ ਕੇ ਪਾਇਆ ਪ੍ਰਾਪਤ ਕੀਤਾ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਇਹ ਰੱਖਿਆ ਦਾ ਸ਼ਬਦ ਉਚਾਰਨ ਕਰਕੇ ਇਹਦੇ ਵਿੱਚ ਜਿਵੇਂ ਪਰਮੇਸ਼ਰ ਨਾਮ ਜਪਣ ਵਾਲਿਆਂ ਦੀ ਰੱਖਿਆ ਕਰਦਾ ਏ, ਨਾਮ ਦਾ ਰਸ ਵੀ ਉਹ ਆਪ ਹੀ ਬਖਸ਼ਦਾ ਏ, ਸਭ ਦੇ ਪ੍ਰਾਣਾਂ ਦਾ ਆਸਰਾ ਹੈ ਅਤੇ ਗੁਰੂ ਦੀ ਸ਼ਰਨ ਦੁਆਰਾ ਹੀ ਉਹ ਵਾਹਿਗੁਰੂ ਦੀ ਪ੍ਰਾਪਤੀ ਦਾ ਸੁੱਖ ਪਾਇਆ ਜਾਂਦਾ, ਐਸਾ ਮਹਾਰਾਜ ਨੇ ਭਾਵੇ ਦੇ ਵਿੱਚ ਪ੍ਰਗਟ ਕਰਕੇ ਸਾਨੂੰ ਜਣਾਇਆ ਹੈ। ਸਾਧ ਸੰਗਤ ਜੀ,
ਗੁਰਸਿੱਖ ਦਾ ਜੀਵਨ ਐਸਾ ਹੋਣਾ ਚਾਹੀਦਾ ਏ, ਗੁਰਸਿੱਖ ਦੇ ਜੀਵਨ ਵਿੱਚ ਸੱਤ ਬਚਨ ਹੋਣਾ ਚਾਹੀਦਾ ਹੈ। ਸੱਤ ਬਚਨ, ਕਿਉਂਕਿ ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ ਹੈ। ਬੜੀ ਔਖੀ ਮਹਾਂਪੁਰਖ ਗੁਰਾਂ ਦੀ ਸੇਵਾ ਕਰਨੀ ਬੜੀ ਕਠਿਨ ਹੈ, ਪਰ ਜਿਹੜਾ ਕਰ ਲੈਂਦਾ ਹੈ ਉਹਨੂੰ ਸਾਰ ਸ੍ਰੇਸ਼ਟ ਸਿਧਾਂਤ ਰੂਪੀ ਜੋ ਪਰਮੇਸ਼ਰ ਹੈ ਉਹ ਪ੍ਰਾਪਤ ਹੁੰਦਾ, ਜਾਂ ਸਭ ਤੋਂ ਵੱਡਾ ਸੁੱਖ ਉਹਨੂੰ ਪ੍ਰਾਪਤ ਹੁੰਦਾ ਹੈ। ਅਤੇ ਹੁਣ ਗੁਰਾਂ ਦੀ ਸੇਵਾ ਔਖੀ ਕਿਉਂ ਹੈ? ਕਿਉਂਕਿ ਸਾਨੂੰ ਆਦਤ ਹੁੰਦੀ ਹੈ ਨਾ ਨੁੱਕਰ ਦੀ, ਹਰ ਗੱਲ ਦੇ ਵਿੱਚ ਨਾ ਕਰਨੀ, ਇਵੇਂ ਕਿਵੇਂ ਹੋ ਸਕਦਾ ਹੈ? ਅਸੀਂ ਗੁਰਬਾਣੀ ਦੇ ਉਂਗਲ ਰੱਖਦੇ, ਉਂਗਲ ਰੱਖਣ ਦਾ ਭਾਵ ਹੁੰਦਾ ਹੈ ਸਾਧ ਸੰਗਤ ਤਰਕ ਕਰਨਾ। ਐਸੀ ਸਾਡੀ ਬੁੱਧ ਮਾਰੀ ਗਈ ਹੈ ਵੀ ਅਸੀਂ ਗੁਰਬਾਣੀ ਦੇ ਵੀ ਉਂਗਲ ਰੱਖਣ ਵੱਲੋਂ ਸੰਕੋਚ ਨਹੀਂ ਕਰਦੇ। ਐਸੀ ਬੁੱਧ ਕੁਸੰਗਤ ਕੁਸੰਗੀਆਂ ਨਾਲ ਮਿਲ ਕੇ ਜੀਵਾਂ ਦੀ ਮਾਰੀ ਜਾਂਦੀ ਹੈ, ਗੁਰਾਂ ਦੇ ਜੀਵਨ ਦੇ ਉੱਤੇ ਉਂਗਲ ਰੱਖਣ ਤੋਂ ਸੰਕੋਚ ਨਹੀਂ ਕਰਦੇ। ਇਸ ਕਰਕੇ ਭਾਈ ਸੇਵਾ ਔਖੀ ਹੁੰਦੀ ਹੈ, ਪਰ ਜਿਵੇਂ ਗੁਰੂ ਅੰਗਦ ਸਾਹਿਬ ਨੇ ਔਖੀ ਸੇਵਾ ਕੀਤੀ ਫਿਰ ਗੁਰੂ ਨਾਨਕ ਦਾ ਹੀ ਰੂਪ ਹੋ ਗਏ, ਉਹ ਸਿੱਖ ਗੁਰੂ ਦਾ ਰੂਪ ਬਣ ਜਾਂਦਾ ਹੈ ਜਿਹੜਾ ਘਾਲ ਕਮਾਈ ਕਰੇ। ਉਹਦੇ ਵਾਸਤੇ ਕੁਝ ਇਹ ਬਚਨ ਹਨ ਵੀ ਨਾ ਦਾ ਸ਼ਬਦ, ਲੇਕਿਨ ਕਿੰਤੂ ਪਰੰਤੂ ਐਵੇਂ ਕਿਵੇਂ, ਇਹ ਚੀਜ਼ਾਂ ਸਾਰੀਆਂ ਕੱਢ ਕੇ ਅਤੇ ਗੁਰੂ ਸਾਹਿਬ ਦੇ ਅੱਗੇ ਇੱਕੋ ਹੀ ਬਚਨ ਹੈ ਵੀ ਸੱਤ ਬਚਨ। ਸੱਤ ਬਚਨ ਤੋਂ ਭਾਵ ਕਿ ਜਿਵੇਂ ਮਹਾਰਾਜ ਤੁਸੀਂ ਕਹੋ ਉਵੇਂ ਠੀਕ। ਜਦੋਂ ਸਾਡੇ ਜੀਵਨ ਵਿੱਚ ਇਹ ਬਚਨ ਵੱਸ ਜਾਊਗਾ ਨਾ, ਸੱਤ ਬਚਨ, ਸਾਧ ਸੰਗਤ, ਉਸ ਵੇਲੇ ਅਸੀਂ ਗੁਰੂ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਕਰਾਂਗੇ। ਲੇਕਿਨ ਕਿੰਤੂ ਪਰੰਤੂ ਜਿਹੜਾ ਹੈ, ਜਿੰਨਾ ਚਿਰ ਇਹੀ ਗੱਲਾਂ ਨੇ ਸਾਡੀ ਜ਼ਬਾਨ ਦੇ ਉੱਤੇ ਉਹਨਾਂ ਚਿਰ ਮਤਾਂ ਕਿਤੇ ਭੁਲੇਖਾ ਰਹਿ ਜਾਵੇ ਵੀ ਸਾਡੇ ਦੇ ਮਹਾਰਾਜ ਸਾਹਿਬ ਦੀ ਖੁਸ਼ੀ ਹੋਵੇਗੀ, ਇਹ ਭੁਲੇਖਾ ਨਾ ਰਹੇ ਵੀ ਅਸੀਂ ਬੜੇ ਗੇੜੇ ਮਾਰਦੇ ਹਾਂ ਗੁਰੂ ਘਰ, ਪਰ ਇੱਥੇ ਆਉਣ ਦੇ ਨਾਲ ਗੁਰੂ ਦੇ ਦਰ 'ਤੇ ਆਉਣਾ ਤਾਂ ਇਹੀ ਆ ਵੀ ਆਪਾਂ ਛੱਡ ਦੇਣਾ। ਜਿਵੇਂ ਮਹਾਂਪੁਰਖ ਕਈ ਸਮਝਾਉਣ ਲਈ ਕਹਿੰਦੇ ਨੇ, ਸਿੱਖਾ ਜਦੋਂ ਗੁਰਦੁਆਰੇ ਆਉਣਾ ਗੁਰੂ ਦੇ ਦਰ 'ਤੇ ਆਉਣਾ, ਉਦੋਂ ਜਿੱਥੇ ਜੋੜੇ ਲਾਉਣਾ ਹੈ ਆਪਣੀ ਮੱਤ ਵੀ ਜਿਹੜੀ ਉੱਥੇ ਹੀ ਲਾ ਕੇ ਛੱਡ ਕੇ ਆ ਜਾ ਕਰ। ਇੱਥੇ ਮਹਾਰਾਜ ਦੇ ਦਰ 'ਤੇ ਇਹੀ ਆ ਕੇ ਆਖ, ਮਹਾਰਾਜ ਮੇਰਾ ਮਹਾਰਾਜ ਕੁਝ ਵੀ ਨਹੀਂ ਆਪਣਾ, ਨਾ ਸਾਡੀ ਇੰਨੀ ਅਕਲ ਹੈ, ਨਾ ਸਾਡੇ 'ਚ ਕੋਈ ਸਿਆਣਪ ਹੈ, ਮਹਾਰਾਜ ਜੀ ਆਪ ਹੀ ਕਿਰਪਾ ਕਰਕੇ ਬਖਸ਼ ਲਓ। ਉਦੋਂ ਬਖਸ਼ੇ ਜਾਵਾਂਗੇ ਜਦੋਂ ਆਪਣੀ ਮੱਤ ਚੱਕੀ ਫਿਰਦੇ ਹਾਂ ਨਾ, ਸਿਆਣਪ ਆਪਣੀ ਚੱਕੀ ਫਿਰਦੇ ਹਾਂ, ਮੈਂ ਸਿਆਣਾ ਇੱਦਾਂ ਹੋਣਾ ਚਾਹੀਦਾ ਇੱਦਾਂ, ਉਹਨਾਂ ਚਿਰ ਗੁਰੂ ਮਹਾਰਾਜ ਸਾਹਿਬ ਦੀ ਬਖਸ਼ਿਸ਼ ਨਹੀਂ ਹੋਏਗੀ। ਜਿੱਥੇ ਜੋੜੇ ਲਾਉਂਦੇ ਹਾਂ ਕਹਿੰਦੇ ਉਸੇ ਤਰ੍ਹਾਂ ਆਪਣੀ ਮਨ ਦੀ ਮੱਤ ਵੀ ਉੱਥੇ ਛੱਡਿਆ ਵੀ ਮੇਰਾ ਅਹੁਦਾ ਕੀ ਹੈ, ਮੇਰੇ ਨਾਮ ਦੇ ਨਾਲ ਕਿਹੜੀ ਪਦਵੀ ਲੱਗਦੀ ਹੈ, ਪੜ੍ਹਾਈ ਦੀ ਕਿਹੜੀ ਡਿਗਰੀ ਲੱਗਦੀ ਹੈ, ਮੇਰੇ ਅੱਗੇ ਪਿੱਛੇ ਕਿੰਨੇ ਬੰਦੇ ਫਿਰਦੇ ਨੇ, ਇਹ ਸਾਰਾ ਕੁਝ ਚਰਨ ਗੰਗਾ ਤੋਂ ਪਰੇ ਜੇ ਛੱਡ ਕੇ ਆਵੇਗਾ ਫਿਰ ਗੁਰੂ ਦਰਬਾਰ ਵਿੱਚੋਂ ਖੁਸ਼ੀਆਂ ਮਿਲਣੀਆਂ। ਜੇ ਇੱਥੇ ਆ ਕੇ ਵੀ ਕਵੇਗਾ ਵੀ ਮੈਂ ਕਰਨਲ ਜਨਰਲ ਜਾਂ ਫਲਾਨਾ ਫਲਾਨਾ, ਮੈਂ ਡਾਕਟਰ, ਮੈਂ ਵਕੀਲ, ਡਿਗਰੀਆਂ, ਜੱਜ, ਇਹ ਚੱਕੀ ਫਿਰੇਗਾ, ਫਿਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਹੋਵੇਗਾ ਤੂੰ ਤੁਰਿਆ, ਫਿਰ ਸਤਿਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ। ਕਹਿਣ ਤੋਂ ਭਾਵ ਕਿ ਡਿਗਰੀਆਂ ਪੜ੍ਹਾਈਆਂ ਸੰਸਾਰ ਦੇ ਅਹੁਦਿਆਂ ਦੀਆਂ, ਇਹ ਸਾਡੇ ਘਰ ਗ੍ਰਿਸ਼ਤੀ ਨੂੰ ਚਲਾਉਣ ਦੀ ਇੱਕ ਕਿਰਤ ਹੈ, ਪਰ ਗੁਰੂ ਅੱਗੇ ਆ ਕੇ ਨਾ ਦੱਸਿਆ ਕਰੋ। ਗੁਰੂ ਅੱਗੇ ਦੇ ਸਿੱਖ ਜਿਹੜਾ ਇਹੀ ਕਹੇ ਵੀ ਮਹਾਰਾਜ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਸਭ ਕੁਝ ਤੇਰਾ ਹੀ ਹੈ,
ਇਹ ਬੇਨਤੀ ਕਰੇ ਪਾਤਸ਼ਾਹ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਬਸ ਇਹ ਕਿਰਪਾ ਕਰੋ ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲੇ ਅਸੀਂ ਮਹਾਰਾਜ, ਪੱਥਰਾਂ ਵਰਗੇ ਭਾਰੇ ਪਾਪੀ ਡੁੱਬ ਰਹੇ ਹਾਂ ਵਕਾਰਾਂ ਦੇ ਵਿੱਚ, ਆਪ ਤਾਰ ਲਵੋ। ਗੁਰੂ ਅੱਗੇ ਤਾਂ ਇਹੀ ਸਾਡੀ ਬੇਨਤੀ ਹੋਵੇ ਤਾਂ ਸਾਡਾ ਭਲਾ ਹੋ ਸਕਦਾ ਹੈ। ਸਤਿਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਪਰਮ ਪਵਿੱਤਰ ਉਪਦੇਸ਼ ਬਖਸ਼ਿਆ। ਏ ਸਤਿਗੁਰੂ ਦੀ ਗੁਰਬਾਣੀ ਅਗਾਧ ਬੋਧ ਹੈ। ਮਹਾਰਾਜ ਜੀ ਦੀ ਗੁਰਬਾਣੀ ਦੀ ਵਿਚਾਰ ਕਰਦਿਆਂ ਨੇ ਅਨੇਕਾਂ ਭੁੱਲਾਂ ਹੋਈਆਂ ਨੇ। ਗੁਰੂ ਸਾਹਿਬ ਸੰਗਤ ਸਦਾ ਹੀ ਬਖਸ਼ਣਹਾਰ ਹੈ, ਬਖਸ਼ ਲੈਣਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ। ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤੇ ਨਹੀਂ ਜਾਤਾ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।